ਇਤਿਹਾਸਕ ਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਗੁਰਦੁਆਰਾ ਨਾਭਾ, ਨਾਭੇ ਸ਼ਹਿਰ ਦੇ ਵਿੱਚ ਇਹ ਅਸਥਾਨ ਹੈ ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ। ਪਰ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਇਸ ਅਸਥਾਨ ਦਾ ਨਾਮ ਹੈ। ਇਤਿਹਾਸਕ ਅਸਥਾਨ ਹੈ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਨਗਾਰਚੀ ਹੁੰਦੇ ਸਨ ਬਾਬਾ ਅਜਾਪਾਲ ਸਿੰਘ ਜੀ। ਇਹ ਇਤਿਹਾਸ ਦੇ ਵਿੱਚ ਇਹ ਜ਼ਿਕਰ ਹੈ। ਔਰ ਇਹ ਪੁਰਾਤਨ ਜਿਹੜਾ ਅਸਥਾਨ ਹੈ ਔਰ ਨਾਭੇ ਦੀ ਧਰਤੀ 'ਤੇ ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਦੇ ਪਿਤਾ ਜੀ ਇਸ ਅਸਥਾਨ 'ਤੇ ਪਹਿਲਾਂ ਸੇਵਾ ਕਰਵਾਉਂਦੇ ਰਹੇ। ਇੱਕ ਚੌਂਕੜੇ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਦੇ ਪਿਤਾ ਜੀ ਸ਼੍ਰੀ ਅਖੰਡ ਪਾਠ ਸਾਹਿਬ ਕਰ ਦਿੰਦੇ ਸਨ, ਇੱਕ ਚੌਂਕੜੇ ਦੇ ਵਿੱਚ ਹੀ ਸਾਧ ਸੰਗਤ। ਸੋ ਇਹ ਅਸਥਾਨ ਹੈ ਗੁਰਦੁਆਰਾ ਘੋੜਿਆਂ ਵਾਲਾ। ਸੋ ਅੱਜ ਆਪ ਜੀ ਨੂੰ ਇਤਿਹਾਸਕ ਅਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜਿਹਨੂੰ ਗੁਰਦੁਆਰਾ ਘੋੜਿਆਂ ਵਾਲਾ ਕਿਹਾ ਜਾਂਦਾ, ਨਾਭੇ ਦੀ ਧਰਤੀ 'ਤੇ ਇਹ ਪਾਵਨ ਅਸਥਾਨ ਹੈ। ਬਾਬਾ ਅਜਾਪਾਲ ਸਿੰਘ ਜੀ ਦੀ ਬਾਬਤ ਜੋ ਜ਼ਿਕਰ ਹੈ ਮਿਲਦਾ ਉਹ ਇਹ ਹੈ ਵੀ ਬਾਬਾ ਅਜਾਪਾਲ ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਗਾਰਚੀ ਸਨ। ਸੋ ਆਪ ਜੀ ਨਗਾਰੇ ਦੀ ਉੱਥੇ ਸੇਵਾ ਕਰਦੇ ਸਨ। ਸੋ ਬਾਬਾ ਜੀ ਫਿਰ ਇਸ ਅਸਥਾਨ 'ਤੇ ਆਏ, ਉਹਨਾਂ ਨੇ ਇੱਥੇ ਤਪ ਕੀਤਾ। ਇਹ ਨਾਭੇ ਦੀ ਧਰਤੀ ਉਹ ਧਰਤੀ ਹੈ ਜਿੱਥੋਂ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਭਾ, ਭਾਈ ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਅਤੇ ਹੋਰ ਬੜੇ ਗ੍ਰੰਥ ਲਿਖੇ ਨੇ, ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀ ਉਹ ਇੱਥੇ ਪਹਿਲਾਂ ਸੇਵਾ ਕਰਦੇ ਰਹੇ ਸ਼ੁਰੂ ਦੇ ਵਿੱਚ। ਔਰ ਇੱਕ ਚੌਂਕੜੇ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਜੀ ਦੇ ਪਿਤਾ ਜੀ ਸ਼੍ਰੀ ਅਖੰਡ ਪਾਠ ਸਾਹਿਬ ਵੀ ਕਰਦੇ ਰਹੇ। ਸੋ ਬੜੀ ਮਹਾਨ ਧਰਤੀ ਹੈ ਨਾਭੇ ਦੀ ਧਰਤੀ 'ਤੇ। ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਕਿਹਾ ਜਾਂਦਾ। ਸੋ ਆਓ ਚੱਲੀਏ, ਤੁਹਾਨੂੰ ਦਰਸ਼ਨ ਕਰਾਈਏ ਜੀ, ਆਓ ਚੱਲੀਏ। ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ। ਆਪ ਜੀ ਕਰ ਰਹੇ ਹੋ ਦਰਸ਼ਨ ਦੇਸ਼ ਵਿਦੇਸ਼ ਦੀਆਂ ਤਮਾਮ ਸਿੱਖ ਸੰਗਤਾਂ ਨੂੰ। ਅਖੰਡ ਬਾਣੀ ਪੰਥਕ ਮੀਡੀਆ ਚੈਨਲ ਦੁਆਰਾ ਅਸੀਂ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਹਾਂ। ਸੋ ਆਪ ਜੀ ਨੂੰ ਲੈ ਕੇ ਆਇਆ ਨਾਭੇ ਦੀ ਧਰਤੀ 'ਤੇ ਅੱਜ, ਜਿੱਥੇ ਆਪ ਜੀ ਕਰ ਰਹੇ ਹੋ ਗੁਰਦੁਆਰਾ ਘੋੜਿਆਂ ਵਾਲਾ ਜਿਹਨੂੰ ਕਿਹਾ ਜਾਂਦਾ, ਉਹ ਨਾਮ ਹੈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ ਘੋੜਿਆਂ ਵਾਲਾ। ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭੇ ਦੀ ਧਰਤੀ 'ਤੇ ਅਸਥਾਨ ਹੈ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ। ਸੁੰਦਰ ਲੋਹੜੀ ਦੇ ਵਿੱਚ ਦੇਖੋ ਬਾਬਾ ਹਰਵੰਸ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਉਹਨਾਂ ਵੱਲੋਂ ਇੱਥੇ ਸੇਵਾ ਕਰਵਾਈ ਜਾ ਰਹੀ ਹੈ ਜੀ। ਸੋ ਅੱਜ ਦਾ ਪਾਵਨ ਸ਼੍ਰੀ ਮੁਖਵਾਕ ਹੈ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਸ਼੍ਰੀ ਮੁਖਵਾਕ ਦੇ। ਆਪ ਜੀ ਕਰੋ ਜੀ ਦਰਸ਼ਨ।
ਤਪ ਅਸਥਾਨ ਹੈ ਗੁਰਦੁਆਰਾ ਮੰਜੀ ਸਾਹਿਬ। ਬਾਬਾ ਜਪਾਲ ਸਿੰਘ ਜੀ ਨੇ ਇੱਥੇ ਤਪ ਕੀਤਾ, ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਗਾਰਚੀ ਸਨ, ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ। ਸੋ ਬਹੁਤ ਇੱਥੇ ਪੁਰਾਤਨ ਪਹਿਲਾਂ ਵਸਤੂਆਂ ਸਨ, ਉਹਨਾਂ ਦੇ ਦਰਸ਼ਨ ਦਾਸ ਨੇ ਵੀ ਕੀਤੇ ਨੇ। ਸ਼ਾਇਦ ਹੁਣ ਉਹਨਾਂ ਵਿੱਚੋਂ ਕੁਝ ਹੋਣ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸਨ। ਸੋ ਪੁਰਾਤਨ ਹੁਣ ਪਤਾ ਨਹੀਂ ਇੱਥੇ ਹੈ ਜਾਂ ਨਹੀਂ, ਆਪ ਜੀ ਨੂੰ ਕਰਾਉਂਦੇ ਹਾਂ ਦਰਸ਼ਨ। ਉੱਧਰ ਇਤਿਹਾਸ ਵੀ ਆਪ ਜੀ ਨੂੰ ਜਿਹੜਾ ਹੈ ਉਹ ਪ੍ਰਦਾਨ ਕਰਵਾਉਂਦੇ ਹਾਂ। ਸਰੋਵਰ ਹੈ, ਪਾਵਨ ਸ਼੍ਰੀ ਮੁਖ ਵਾਕ ਇੰਦਰ ਸਰੋਵਰ ਜੀ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਜੀ ਨੂੰ ਕਿਹਾ ਜਾਂਦਾ। ਨਾਭੇ ਦੀ ਧਰਤੀ 'ਤੇ ਜੀ ਨਾਭਾ ਸ਼ਹਿਰ ਦੇ ਵਿੱਚ ਇਹ ਅਸਥਾਨ ਹੈ ਜੀ। ਪੁਰਾਤਨ ਇਤਿਹਾਸਕ ਅਸਥਾਨ ਹੈ, ਜੋ ਇੱਥੋਂ ਦਾ ਇਤਿਹਾਸ ਹੈ ਉਹਦੇ ਵੀ ਆਪ ਜੀ ਨੂੰ ਕਰਾਉਂਦੇ ਹਾਂ ਦਰਸ਼ਨ। ਸਵੇਰ ਸਵੇਰ ਦੇ ਦੀਵਾਨ ਦਾ ਜੋ ਸਮਾਂ ਹੈ ਇੱਥੇ ਲਿਖਿਆ ਹੋਇਆ। ਇਹ ਇਤਿਹਾਸ ਹੈ ਜੀ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਨਾਭਾ। ਸਾਧ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਬ੍ਰਹਮ ਗਿਆਨੀ ਬਾਬਾ ਜਪਾਲ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਬਣਿਆ ਹੋਇਆ ਹੈ। ਬਾਬਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਸਨ, ਉਹ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਸਨ। ਸੰਮਤ 1812 ਬਿਕਰਮੀ ਵਿੱਚ ਇਹਨਾਂ ਨੇ ਰਾਜਸਥਾਨ ਵਿੱਚ ਇੱਕ ਰਾਜੇ ਦੀ ਸਹਾਇਤਾ ਕੀਤੀ ਸੀ। ਇਹਨਾਂ ਦੀ ਯਾਦ ਵਿੱਚ ਅਜੈਗੜ੍ਹ ਨਾਮੀ ਅਸਥਾਨ ਸਥਾਪਿਤ ਹੋਇਆ, ਸੁਣਨ ਵਿੱਚ ਆਉਂਦਾ ਹੈ। ਨਾਭੇ ਆਉਣ ਤੋਂ ਪਹਿਲਾਂ ਬਾਬਾ ਜੀ 6 ਸਾਲ ਜੀਂਦ ਅਤੇ 12 ਸਾਲ ਪਟਿਆਲੇ ਵੀ ਰਹੇ। ਸੰਮਤ 1830 ਬਿਕਰਮੀ ਨੂੰ ਜਦੋਂ ਬਾਬਾ ਜੀ ਇੱਥੇ ਪਧਾਰੇ ਤਾਂ ਉਸ ਸਮੇਂ ਇੱਥੇ ਬੜੀ ਸੰਘਣੀ ਝਿੜੀ ਸੀ। 39 ਸਾਲ ਇੱਥੇ ਰਹਿ ਕੇ ਬਾਬਾ ਅਜਪਾਲ ਸਿੰਘ ਜੀ ਨੇ ਨਾਮ ਬਾਣੀ ਅਤੇ ਸ਼ਸਤਰ ਵਿੱਦਿਆ ਦਾ ਪ੍ਰਚਾਰ ਕੀਤਾ। ਬਾਬਾ ਜੀ ਗੁਰਸਿੱਖੀ ਰੀਤੀ ਮੁਤਾਬਕ 1.5 ਪਹਿਰ ਦੇ ਤੜਕੇ
ਨਿਤਨੇਮ ਤੋਂ ਪਹਿਲਾਂ ਜ਼ੋਰ ਜ਼ੋਰ ਨਾਲ ਨਗਾਰੇ ਵਜਾਉਂਦੇ ਸਨ। ਜੇਠ ਸੁਦੀ ਪੰਚਮੀ 14 ਜੂਨ ਸੰਮਤ 1869 ਬਿਕਰਮੀ ਨੂੰ ਐਤਵਾਰ ਵਾਲੇ ਦਿਨ ਬਾਬਾ ਜੀ ਨੇ ਇਸ ਅਸਥਾਨ 'ਤੇ ਸੱਚਖੰਡ ਪਿਆਨਾ ਕੀਤਾ। ਇਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਮੰਜੀ ਸਾਹਿਬ ਸਥਾਪਿਤ ਹੈ। ਇਹ ਅਸਥਾਨ 'ਤੇ ਬਾਬਾ ਜੀ ਦੇ 2 ਵੱਡੇ ਅਤੇ 4 ਛੋਟੇ ਨਗਾਰੇ ਮੌਜੂਦ ਹਨ ਜਿਨ੍ਹਾਂ ਨੂੰ ਵਜਾਉਣ ਦਾ ਹੁਕਮ ਨਹੀਂ। ਬਾਬਾ ਜੀ ਦੇ ਸ਼ਸਤਰ ਅਤੇ ਬਸਤਰ ਵੀ ਇੱਥੇ ਬੜੇ ਸਤਿਕਾਰ ਨਾਲ ਸੰਗਤਾਂ ਦੇ ਦਰਸ਼ਨਾਂ ਲਈ ਅਲਮਾਰੀਆਂ ਵਿੱਚ ਸੰਭਾਲੇ ਹੋਏ ਹਨ। ਸੰਗਰਾਂਦ ਨੂੰ ਇੱਥੇ ਵੱਡੇ ਦੀਵਾਨ ਸਜਦੇ ਹਨ। ਇੱਥੇ ਹਰ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਵੇਰੇ ਸ਼ਾਮ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਰਾਜੇ ਮਹਾਰਾਜਿਆਂ ਨੇ ਗੁਰੂ ਕੇ ਲੰਗਰ ਅਤੇ ਅਸਥਾਨ ਲਈ ਜਾਇਦਾਦ ਅਤੇ ਜਗੀਰਾਂ ਨਾਮ ਲਗਾਈਆਂ। ਸੰਨ 1950 ਈਸਵੀ ਤੋਂ ਇੱਥੋਂ ਦੀ ਸੇਵਾ ਗੁਰਦੁਆਰਾ ਇਟੇਰਿਮ ਬੋਰਡ ਨੇ ਸੰਭਾਲੀ ਅਤੇ ਹੁਣ ਨਵੰਬਰ 1959 ਈਸਵੀ ਤੋਂ ਪੈਪਸੂ ਪੰਜਾਬ ਇੱਕ ਹੋ ਜਾਣ ਕਰਕੇ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਇਸ ਦਾ ਪ੍ਰਬੰਧ ਕੀਤਾ ਜਾਂਦਾ। ਸੰਗਤਾਂ ਇੱਥੇ ਘੋੜਿਆਂ ਦੀ ਸੁੱਖਣਾ ਸੁੱਖ ਕੇ ਗੁਰਦੁਆਰਾ ਮੰਜੀ ਸਾਹਿਬ ਅਤੇ ਝਾੜੂ ਦੀ ਸੇਵਾ ਕਰਕੇ ਚਾਦਰਾ ਭੇਟ ਕਰਕੇ ਮਨ ਪਾਉਂਦੀਆਂ ਮੁਰਾਦਾਂ ਪਾਉਂਦੀਆਂ ਹਨ। ਇਸ ਲਈ ਇਸ ਅਸਥਾਨ ਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ। ਸੋ ਇਹ ਅਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ ਆ ਇਤਿਹਾਸ ਹੈ ਜੀ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸੋਏ ਨਗਾਰੇ ਨੇ ਜੀ। ਦੇਖੋ ਸ਼ਸਤਰ ਨੇ ਉਹਨਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਤੁਫੰਗ ਜਿਨ੍ਹਾਂ ਨੂੰ ਕਿਹਾ ਜਾਂਦਾ ਬੰਦੂਕਾਂ, ਪਰ ਹੋਰ ਸ਼ਸਤਰ ਨੇ ਜੋ ਪੁਰਾਤਨ, ਉਹਨਾਂ ਦੇ ਆਪ ਕਰ ਰਹੇ ਹੋ ਦਰਸ਼ਨ, ਕਿਉਂਕਿ ਬਾਹਰੋਂ ਹੀ ਆਪ ਜੀ ਨੂੰ ਦਰਸ਼ਨ ਕਰਵਾ ਸਕਦੇ ਹਾਂ। ਤਾਲਾ ਲੱਗਿਆ ਹੋਇਆ ਇੱਥੇ। ਸੁਖਾਸਨ ਸਥਾਨ ਹੈ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ, ਅੰਦਰ ਸੇਵਾ ਚੱਲ ਰਹੀ ਹੈ ਜੀ। ਇਸ ਕਰਕੇ ਜੋ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉਹ ਉੱਥੇ ਜਿੱਥੇ ਬਾਬਾ ਜੀ ਨੇ ਤਪ ਕੀਤਾ, ਤਪ ਅਸਥਾਨ ਹੈ ਬਾਬਾ ਅਜਾਪਾਲ ਸਿੰਘ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ। ਸੋ ਇੱਥੇ ਅਜੇ ਸੇਵਾ ਚੱਲ ਰਹੀ ਹੈ ਜੀ। ਸਥਾਨ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਭਾ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਜੀ ਨੂੰ ਕਿਹਾ ਜਾਂਦਾ। ਸਵੇਰ ਤਪ ਅਸਥਾਨ ਜੀ
ਮੇਰੇ ਨਾਲ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ, ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ, ਇਤਿਹਾਸਕ ਅਸਥਾਨ ਹੈ। ਸੋ ਇੱਥੋਂ ਦੇ ਜਿਹੜੇ ਕਥਾਵਾਚਕ ਨੇ ਡਾਕਟਰ ਮਨਿੰਦਰ ਸਿੰਘ ਜੀ, ਔਰ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਇਹਨਾਂ ਨੇ PhD ਨਿਹੰਗ ਸਿੰਘਾਂ ਦੇ ਉੱਪਰ ਕੀਤੀ ਹੈ। ਸੋ ਵੇਖੋ ਕਿੱਡੀ ਵਿਦਵਤਾ ਹੈ ਇਹਨਾਂ ਦੇ ਕੋਲ। ਸੋ ਸਬੱਬੀ ਮੇਲ ਹੋਇਆ ਇਹਨਾਂ ਦੇ ਨਾਲ ਵੀ। ਸੋ ਆਓ ਅੱਜ ਇਹਨਾਂ ਤੋਂ ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਇਸ ਅਸਥਾਨ ਦਾ ਇਤਿਹਾਸ, ਫਿਰ ਆਪਾਂ ਨਿਹੰਗ ਸਿੰਘਾਂ ਦੀ ਬਾਬਤ ਵੀ ਭਾਈ ਸਾਹਿਬ ਨਾਲ ਜ਼ਰੂਰ ਵਿਚਾਰਾਂ ਕਰਾਂਗੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ PhD ਨਿਹੰਗ ਸਿੰਘਾਂ ਦੇ ਉੱਪਰ, ਬਹੁਤ ਘੱਟ ਲੋਕ ਕਰਦੇ ਆ। ਸਭ ਤੋਂ ਪਹਿਲਾਂ ਤੁਹਾਤੋਂ ਮੈਂ ਇਹ ਇਤਿਹਾਸ ਹੈ ਜਿਹੜਾ ਨਾ ਇੱਥੋਂ ਦਾ, ਉਹਦੇ ਬਾਰੇ ਜਾਣਨਾ ਚਾਹੁੰਦਾ। ਸਾਰੀ ਸੰਗਤ ਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅਸਥਾਨ ਮਸ਼ਹੂਰ ਹੈ ਜੀ, ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਦੇ ਨਾਮ ਤੇ। ਅਸਥਾਨ ਦਾ ਜਿਹੜਾ ਨਾਮ ਹੈ ਡੇਰਾ ਬਾਬਾ ਅਜਾਪਾਲ ਸਿੰਘ, ਇਹ ਕਹਿ ਲਓ ਵੀ ਇੱਕੋ ਇੱਕ ਅਸਥਾਨ ਹੈ ਜਿਹੜਾ ਗੁਰਦੁਆਰਾ ਵੀ ਹੈ ਅਤੇ ਡੇਰਾ ਵੀ ਹੈ, ਇਕੱਠਾ ਹੀ ਹੈ। ਹਾਂਜੀ, ਬਾਬਾ ਅਜਾਪਾਲ ਸਿੰਘ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਲਾਡਲੀਆਂ ਫੌਜਾਂ ਦੇ ਨਗਾਰਚੀ ਸਿੰਘ ਹੋਏ ਨੇ, ਕਲਗੀਧਰ ਮਹਾਰਾਜ ਦੀਆਂ ਫੌਜਾਂ ਦੇ। ਹਾਂ, ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੀ ਇਹ ਰਹੇ ਨੇ। ਹਾਂਜੀ, ਅਤੇ ਫਿਰ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਜਦੋਂ ਮਹਾਰਾਜ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਵੀ ਵਿਚਰੇ, ਨਾਲ ਹੀ ਸਤਿਗੁਰਾਂ ਦੇ ਰਹੇ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਂਦੇੜ ਜਾਣ ਲੱਗੇ, ਬਾਬਾ ਅਜਾਪਾਲ ਸਿੰਘ ਜੀ ਜੋ ਨਗਾਰ ਸੀ ਉਹ ਵੀ ਜਦੋਂ ਨਾਲ ਜਾਣ ਲੱਗੇ, ਮਹਾਰਾਜ ਜੀ ਨੇ ਆਖਿਆ ਵੀ ਨਹੀਂ ਤੁਸੀਂ ਇੱਥੇ ਰਹੋ ਅਤੇ ਮਾਲਵੇ ਦੀ ਧਰਤੀ 'ਤੇ ਰਹਿ ਕੇ, ਪੰਜਾਬ ਦੀ ਧਰਤੀ 'ਤੇ ਰਹਿ ਕੇ ਤੁਸੀਂ ਪ੍ਰਚਾਰ ਪ੍ਰਸਾਰ ਕਰੋ। ਉਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅੱਗੇ ਚਲੇ ਗਏ ਨਾਂਦੇੜ ਨੂੰ, ਦੱਖਣ ਵੱਲ ਨੂੰ। ਤੋ ਫਿਰ ਜੋ ਮਹਾਂਪੁਰਖ ਸਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ, ਉਹ ਫਿਰ ਇੱਥੇ ਆਣ ਕੇ ਵਸੇ ਨੇ। ਸਭ ਤੋਂ ਪਹਿਲਾਂ ਜੋ ਦੱਸਿਆ ਜਾਂਦਾ, ਜੋ ਪਿੱਛੇ ਇਤਿਹਾਸ ਦਾ ਬੋਰਡ ਵੀ ਹੈ, ਕਿ ਬਾਬਾ ਅਜਾਪਾਲ ਸਿੰਘ ਸਾਹਿਬ ਥੋੜ੍ਹਾ ਜਿਹਾ ਅੱਗੇ ਮਹਾਰਾਜ ਨੂੰ ਛੱਡਣ ਵਾਸਤੇ ਵੀ ਗਏ। ਫਿਰ ਉਹਨਾਂ ਨੇ ਰਾਜਸਥਾਨ ਦੇ ਵਿੱਚ ਇੱਕ ਰਾਜੇ ਦੀ ਸਹਾਇਤਾ ਕੀਤੀ ਹੈ, ਉਸ ਰਾਜੇ ਨੇ ਫਿਰ ਮਹਾਂਪੁਰਖਾਂ ਦੇ ਨਾਮ ਦੇ ਉੱਤੇ
ਕਿਲਾ ਅਜੇਗੜ੍ਹ ਵੀ ਬਣਾਇਆ ਜੋ ਆਪ ਜੀ ਇਤਿਹਾਸ ਇੱਥੇ ਵੀ ਪੜ੍ਹ ਸਕਦੇ ਹੋ ਰਾਜਸਥਾਨ ਦੇ ਅਜੇਗੜ੍ਹ ਨਾਮ ਦਾ ਕਿਹੜੇ ਸ਼ਹਿਰ 'ਚ ਪੈ ਜਾਂਦਾ ਇਹ ਹਜੇ ਖੋਜ ਦਾ ਵਿਸ਼ਾ ਕਹਿ ਸਕਦੇ ਹਾਂ ਅਜੇਗੜ੍ਹ ਨਾਮ ਦਾ ਜੋ ਇੱਥੇ ਉੱਥੇ ਉਹ ਕਿਲਾ ਉਹ ਬਣਾਇਆ ਗਿਆ ਰਾਜੇ ਨੇ ਠੀਕ ਹੈ ਉਹ ਤੋਂ ਬਾਅਦ ਫਿਰ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਉਹ ਪਟਿਆਲੇ ਰਹੇ 12 ਸਾਲ ਪਟਿਆਲੇ ਰਹੇ ਜਿਹੜੇ ਪਟਿਆਲੇ ਮਾਈ ਜੀ ਦੀ ਸਰਾਂ ਹੈ ਜੀ ਜਿਹਨੂੰ ਹੁਣ CIA ਸਟਾਫ ਕਿਹਾ ਜਾਂਦਾ ਉੱਥੇ ਬਾਬਾ ਅਜਾਪਾਲ ਸਿੰਘ ਰਹੇ ਹਾਂ ਉੱਥੇ 12 ਸਾਲ ਰਹੇ ਨੇ ਉਸ ਤੋਂ ਬਾਅਦ ਫਿਰ ਬਾਬਾ ਜੀ ਕਿਹਾ ਜਾਂਦਾ ਵੀ 6 ਸਾਲ ਉਹਨਾਂ ਨੇ ਜੀਂਦ ਦੇ ਵਿੱਚ ਵੀ ਲਾਏ ਇਹ ਵੀ ਜਿਹੜਾ ਖੋਜ ਦਾ ਵਿਸ਼ਾ ਸੱਚ ਚੱਲ ਰਹੀ ਹੈ ਸਾਡੀ ਰਿਸਰਚ ਚੱਲ ਰਹੀ ਹੈ ਤੇ ਜਿਹੜੀ ਮਾਈ ਦੀ ਸਰਾਂ ਹੈ ਪਟਿਆਲੇ ਜਿੱਥੇ CIA ਸਟਾਫ ਜੀ ਉਹ ਉੱਥੇ ਮਹਾਂਪੁਰਸ਼ਾਂ ਦਾ ਤਪ ਅਸਥਾਨ ਹੈ ਹਾਂ ਮਹਾਂਪੁਰਸ਼ ਉੱਥੇ 12 ਸਾਲ ਉੱਥੇ ਉਹਨਾਂ ਨੇ ਰਹੇ ਉੱਥੇ ਬੰਦਗੀ ਕੀਤੀ ਕੋਈ ਉੱਥੇ ਹੁਣ ਉਹਨਾਂ ਦਾ ਗੁਰੂ ਘਰ ਬਣਾਇਆ ਉਹਨਾਂ ਨੇ ਕਿ ਨਹੀਂ ਪੁਲਿਸ ਵਾਲਿਆਂ ਨੇ ਜਾਂ ਇਹ ਹਜੇ ਵੀ ਜਿਵੇਂ ਕਹਿ ਸਕਦੇ ਖੋਜ ਦਾ ਵਿਸ਼ਾ ਹੈ ਹਜੇ ਇਹ ਤੇ ਰਿਸਰਚ ਚੱਲ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹ ਮਹਾਂਪੁਰਖਾਂ ਦਾ ਜੋ ਜਿੰਨਾ ਵੀ ਜੀਵਨ ਹੈ ਉਹ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ 6 ਸਾਲ ਜਦੋਂ ਬਾਬਾ ਜੀ ਨੇ ਜੀਂਦ ਦੇ ਵਿੱਚ ਲਾਏ ਉਹ ਤੋਂ ਬਾਅਦ ਬਾਬਾ ਜੀ ਫਿਰ ਇਸ ਅਸਥਾਨ ਤੇ ਆਏ ਜੀਂਦ ਵੀ ਕੋਈ ਅਸਥਾਨ ਹਾਂਜੀ ਜੀਂਦ ਅਸਥਾਨ ਇਹ ਵੀ ਹਜੇ ਰਿਸਰਚ ਚੱਲਦੀ ਹੈ ਜੀ ਠੀਕ ਹੈ ਜਦੋਂ ਮਹਾਂਪੁਰਖ ਇੱਥੇ ਆਏ ਉਹ ਸਮਾਂ ਸੀ ਸੰਨ 1773 ਈਸਵੀ ਦਾ ਹੁਣ ਆਪਾਂ ਵੇਖ ਸਕਦੇ ਹਾਂ ਕਿ ਕਲਗੀਧਰ ਮਹਾਰਾਜ ਜੀ 1708 ਦੇ ਵਿੱਚ ਈਸਵੀ ਦੇ ਵਿੱਚ ਉਹ ਸੱਚਖੰਡ ਪਿਆਨਾ ਕਰਦੇ ਨੇ ਜੀ ਸੋ ਉਸ ਵੇਲੇ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੀ ਉਮਰ 20 ਸਾਲ ਜੇ ਆਪਾਂ ਮੰਨੀਏ ਸੋ ਸੰਨ 1773 ਦੇ ਵਿੱਚ ਬਾਬਾ ਅਜਾਪਾਲ ਸਿੰਘ ਜੀ ਇੱਥੇ ਆਉਂਦੇ ਨੇ ਇਸੇ ਵੇਲੇ ਜਿਹੜੇ ਹੁਣ ਤੁਸੀਂ ਇਹ ਸਥਾਨ ਵੇਖੋ ਸਾਰਾ ਝਿੜੀ ਹੁੰਦਾ ਜੀ ਝਿੜੀ ਕਹਿੰਦੇ ਨੇ ਜੰਗਲ ਨੂੰ ਜੰਡ ਕਰੀਰ ਪਿੱਪਲ ਇਹ ਸਾਰੇ ਦਰਖਤ ਤੇ ਲੱਗੇ ਹੋਏ ਸੀ ਕੁਝ ਵੀ ਨਹੀਂ ਸੀ ਜੰਗਲੀ ਜੰਗਲ ਮਾਲਵਾ ਦਾ ਪਹਿਲਾ ਨਾਮ ਜੰਗਲ ਦੇਸ਼ ਹੀ ਸੀ ਜਿਹੜੇ ਕਲਗੀਧਰ ਮਹਾਰਾਜ ਜੀ ਨੇ ਮਾਲਵਾ ਮਾਲੋ ਮਾਲ ਮਾਲਵਾ ਵਸਾਇਆ ਬਿਲਕੁਲ ਹਾਂਜੀ ਇੱਥੇ ਆ ਕੇ ਬਾਬਾ ਅਜਾਪਾਲ ਸਿੰਘ ਜੀ ਫਿਰ ਬੈਠੇ ਬਰਾਜੇ ਜੰਗਲਾਂ ਦੇ ਵਿੱਚ ਮੰਗਣ ਲੱਗੇ ਤੇ ਕਲਗੀਧਰ ਮਹਾਰਾਜ ਜੀ ਦੀ ਇੰਨੀ ਕਿਰਪਾ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ ਮਹਾਰਾਜ ਨੇ 6 ਨਗਾਰੇ ਬਖਸ਼ਿਸ਼ ਕੀਤੇ ਨੇ ਜੋ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਵਾਸਤੇ ਇੱਥੇ ਸਾਂਭੇ ਹੋਏ ਨੇ ਇਸ ਸਥਾਨ ਕਿਤੇ ਵੀ ਚਲੇ ਜਾਈਏ ਇੱਕ ਨਗਾਰਾ ਨਹੀਂ ਕਿਤੇ ਲੱਭਦਾ ਜੀ ਮਹਾਰਾਜ ਜੀ ਦਾ ਤੇ ਇੱਥੇ ਕਲਗੀਧਰ ਮਹਾਰਾਜ ਦੇ 6 ਨਗਾਰੇ ਉਹ ਰੱਖੇ ਹੋਏ ਨੇ ਤੇ ਬੇਅੰਤ ਸ਼ਸਤਰ ਬੇਅੰਤ ਢਾਲਾਂ ਬੇਅੰਤ ਬੰਦੂਕਾਂ ਤੇ ਤਲਵਾਰਾਂ ਕਿਰਪਾਨਾਂ ਦਾ ਤਾਂ ਅੰਤ ਹੀ ਕੋਈ ਨਹੀਂ ਕਿ ਮਹਾਰਾਜ ਜੀ ਨੇ ਇੱਥੇ ਕਿੰਨਾ ਕੁਝ ਭੇਟ ਕੀਤਾ ਬਾਬਾ ਅਜਾਪਾਲ ਸਿੰਘ ਜੀ ਨੂੰ ਉਹ ਦਿੱਤਾ ਸੋ ਇਹ ਤੋਂ ਪਤਾ ਲੱਗਦਾ ਕਿ ਮਹਾਰਾਜ ਜੀ ਦਾ ਸ਼ਸਤਰਾਂ ਦੇ ਨਾਲ ਤੇ ਬਾਬਾ ਅਜਾਪਾਲ ਸਿੰਘ ਜੀ ਦੇ ਨਾਲ ਕਿੰਨਾ ਕੁ ਪਿਆਰ ਹੋਵੇਗਾ ਬਾਬਾ ਅਜਾਪਾਲ ਸਿੰਘ ਜੀ ਜਦੋਂ ਇੱਥੇ ਆ ਕੇ ਬੈਠੇ ਝਿੜੀ ਦੇ ਵਿੱਚ ਇੱਥੇ ਬਰਾਜੇ ਉਹਨਾਂ ਦਾ ਨਿਤ ਕਰਮ ਸੀ ਜਿਵੇਂ ਆਪਾਂ ਨਿਤਨੇਮ ਕਰਦੇ ਹਾਂ ਨਿਤ ਦੀ ਕਿਰਿਆ ਸੀ ਕਿ ਬਾਬਾ ਅਜਾਪਾਲ ਸਿੰਘ ਨੇ ਅੰਮ੍ਰਿਤ ਵੇਲੇ ਜ਼ੋਰ ਜ਼ੋਰ ਨਾਲ ਨਗਾਰੇ ਵਜਾਉਣੇ ਇੱਥੇ ਅੱਜ ਵੀ ਉਹੀ ਮਰਿਆਦਾ ਜਦੋਂ ਦਰਬਾਰ ਖੁੱਲ੍ਹਦਾ ਅੰਮ੍ਰਿਤ ਵੇਲੇ ਰੋਜ਼ਾਨਾ ਉਸੇ ਪ੍ਰਕਾਰ ਸਭ ਤੋਂ ਪਹਿਲਾਂ ਨਗਾਰਾ ਵਜਾਇਆ ਜਾਂਦਾ ਫਿਰ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਨਿਤਨੇਮ ਹੁੰਦਾ ਜੀ ਪਹਿਲਾਂ ਉਹ ਨਗਾਰਾ ਵਜਾਏ ਜਾਂਦੇ ਨੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਕਿਉਂਕਿ ਆਪਣਾ ਤਾਂ ਇਤਿਹਾਸ ਹੀ ਰਬਾਬ ਤੋਂ ਨਗਾਰੇ ਤੱਕ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਦੋਵੇਂ ਭਗਤੀ ਤੇ ਸ਼ਕਤੀ ਇਕੱਠੀਆਂ ਕੀਤੀਆਂ ਤੇ ਬਾਬਾ ਅਜਾਪਾਲ ਸਿੰਘ ਜੀ ਜਿੱਥੇ ਨਗਾਰਾ ਵਜਾਇਆ ਕਰਦੇ ਉੱਥੇ ਇੱਕ ਸਰੰਦੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕਰਿਆ ਕਰਦੇ ਉਹ ਸਰੰਦਾ ਵੀ ਇੱਥੇ ਪਿਆ ਤੇ ਬੇਅੰਤ ਨਿਸ਼ਾਨੀਆਂ ਇੱਕ ਲੱਕੜ ਦੀ ਪਰਾਤ ਪਈ ਹੈ ਜੀ ਜਿਹਦੇ ਵਿੱਚ ਬਾਬਾ ਜੀ ਆਟਾ ਗੁੰਨ ਦੇ ਸੀ ਆਪ ਹੀ ਪ੍ਰਸ਼ਾਦਾ ਉਹਨਾਂ ਨੇ ਪਕਾਉਣਾ ਅੱਠੇ ਪੈਰਾਂ ਦਰਸ਼ਨ ਕਰਵਾ ਸਕਦੇ ਹਾਂ ਹਾਂਜੀ ਆਪਾਂ ਕਰ ਲੈਂਦੇ ਹਾਂ ਜੀ ਹਾਂਜੀ ਮਨੇ ਸਾਹਿਬ ਤੋਂ ਅੱਗੇ ਲੈ ਕੇ ਤੇ ਫਿਰ ਇੱਥੇ ਬਾਬਾ ਅਜਾਪਾਲ ਸਿੰਘ ਜੀ ਇੱਥੇ ਰਹੇ ਇੱਕ ਮਾਈ ਸਿੰਘਾ ਨਾਮਕ ਦੀ ਉਹ ਮਹਾਂਪੁਰਖਾਂ ਦੇ ਕੋਲ ਆਇਆ ਕਰਦੀ ਵੇਖਦੀ ਕਿ ਮਹਾਂਪੁਰਖ ਆਏ ਨੇ ਗੁਰੂ ਦੇ ਸਿੰਘ ਜਾਪਦੇ ਉਹਨਾਂ ਨੂੰ ਕਦੇ ਕਦੇ ਪ੍ਰਸ਼ਾਦਾ ਪਾਣੀ ਉਹ ਦੇ ਜਾਇਆ ਕਰਦੀ ਸੇਵਾ ਕਰਦੀ ਇਵੇਂ ਹੌਲੀ ਹੌਲੀ ਸੰਗਤਾਂ ਦੇ ਵਿੱਚ ਪ੍ਰਚਲਿਤ ਹੋ ਗਿਆ ਕਿ ਮਹਾਂਪੁਰਖ ਕੋਈ ਇੱਥੇ ਆਏ ਹੋਏ ਨੇ ਸੰਗਤ ਆਉਣ ਲੱਗ ਪਈ ਹੌਲੀ ਹੌਲੀ ਮਹਾਂਪੁਰਖਾਂ ਦਾ ਘੋੜਿਆਂ ਨਾਲ ਬੜਾ ਪਿਆਰ ਸੀ ਕਿਉਂਕਿ ਨਿਹੰਗ ਸਿੰਘ ਸਨ ਉੱਚਾ ਦਮਾਲਾ ਸਜਾਉਂਦੇ ਫਰਲਾ ਸਜਾਉਂਦੇ ਤੇ ਘੋੜਿਆਂ ਨਾਲ ਤਾਂ ਪਿਆਰ ਹੁੰਦਾ ਹੀ ਹੈ ਨਿਹੰਗ ਸਿੰਘਾਂ ਨੂੰ ਸ਼ਸਤਰਾਂ ਨਾਲ ਪਿਆਰ ਨਗਾਰਿਆਂ ਨਾਲ ਪਿਆਰ ਤੇ ਫਿਰ ਮਹਾਂਪੁਰਖ ਘੋੜਿਆਂ ਦੀ ਸੇਵਾ ਕਰਿਆ ਕਰਦੇ ਖਰਖਰਾ ਫੇਰਦੇ
ਤੇ ਇੱਥੇ ਫਿਰ ਉਹ ਘੁਮਿਆਰਾਂ ਦਾ ਇੱਥੇ ਮਹੱਲਾ ਵੀ ਵੱਸਦਾ ਨਾਭੇ ਦੇ ਵਿੱਚ। ਉਹ ਘੁਮਿਆਰ ਸਨ, ਉਹ ਘੁਮਿਆਰ ਆਏ ਮਹਾਂਪੁਰਖਾਂ ਦੇ ਕੋਲ, ਉਹਨਾਂ ਨੇ ਇੱਥੇ ਪਾਵਨ ਅਸਥਾਨ ਤੇ ਅਰਦਾਸ ਕਰ ਦਿੱਤੀ ਕਿ ਜੀ ਸਾਡੇ ਘਰ ਦੇ ਵਿੱਚ ਔਲਾਦ ਨਹੀਂ ਹੈ ਤੇ ਕਿਰਪਾ ਹੋਵੇ ਜੇ ਭਜਿੰਗੀ ਦੀ ਦਾਤ ਤੋਂ ਬਖਸ਼ਿਸ਼ ਹੋਵੇ ਤੇ ਅਸੀਂ ਫਿਰ ਮਿੱਟੀ ਦੇ ਘੋੜੇ ਨਾ ਉਹ ਭੇਟ ਘੋੜੇ ਚੜਾਵਾਂਗੇ। ਉਹਨਾਂ ਨੇ ਇੱਦਾਂ ਸੁੱਖਣਾ ਮੰਗ ਲਈ। ਸਮਾਂ ਪਾ ਕੇ ਸਾਲ ਪਿੱਛੋਂ ਉਹਨਾਂ ਦੇ ਘਰ ਦੇ ਵਿੱਚ ਭਜੰਗੀ ਹੋਇਆ, ਪੁੱਤਰ ਦੀ ਦਾਤ ਆਈ। ਹੁਣ ਮਨ ਦੇ ਵਿੱਚ ਆਇਆ ਵੀ ਮਨਾ ਸੁੱਖਣਾ ਪੂਰੀ ਕਰਨੀ ਹੈ, ਕਿੱਦਾਂ ਪੂਰੀ ਕਰੀਏ? ਵੀ ਸੁੱਖਣਾ ਅਸੀਂ ਕੀਤੀ ਵੀ ਘੋੜਾ ਚੜਾਵਾਂਗੇ, ਹੁਣ ਜਿਉਂਦਾ ਜਾਗਦਾ ਘੋੜਾ ਬੜਾ ਮਹਿੰਗਾ ਹੁੰਦਾ ਤੇ ਅਸੀਂ ਆ ਘੁਮਿਆਰ। ਫਿਰ ਮਹਾਂਪੁਰਖਾਂ ਦੇ ਕੋਲ ਸੰਗਤ ਜੋ ਇੱਥੋਂ ਦੀ ਦੱਸਦੀ ਹੈ ਵੀ ਮਹਾਂਪੁਰਖਾਂ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਜਾਂ ਉਹ ਮਹਾਂਪੁਰਖਾਂ ਦੇ ਕੋਲ ਹੈ? ਮਹਾਂਪੁਰਖਾਂ ਦੇ ਕੋਈ ਗੱਲ ਨਹੀਂ, ਤੁਸੀਂ ਜਿਉਂਦਾ ਜਾਗਦਾ ਘੋੜਾ ਨਹੀਂ, ਤੁਸੀਂ ਘੁਮਿਆਰ ਹੋ, ਮਿੱਟੀ ਦੇ ਘੋੜੇ ਵੀ ਚੜਾ ਦਿਓ, ਤੁਹਾਡੀ ਭੇਟਾ ਪ੍ਰਵਾਨ ਹੈ, ਸੁਪਨਾ ਤੁਹਾਡੀ ਪੂਰੀ। ਹਾਂਜੀ, ਉਦੋਂ ਤੋਂ ਲੈ ਕੇ ਫਿਰ ਉਹਨਾਂ ਨੇ ਮਿੱਟੀ ਦੇ ਘੋੜੇ ਭੇਟ ਕੀਤੇ, ਉਹੀ ਸੁਖਣਾ ਅੱਗੇ ਰਵਾਇਤ ਬਣੀ। ਫਿਰ ਸੰਗਤਾਂ ਇੱਥੇ ਮਿੱਟੀ ਦੇ ਘੋੜੇ ਭੇਂਟ ਕਰਦੀਆਂ, ਆਪਣੀ ਆਪਣੀ ਸ਼ਰਧਾ ਦੇ ਨਾਲ ਇੱਥੇ ਚਾਂਦੀ ਦੇ, ਪਿੱਤਲ ਦੇ ਤੇ ਸੋਨੇ ਦੇ ਘੋੜੇ ਵੀ ਸੰਗਤਾਂ ਭੇਂਟ ਕਰਦੀਆਂ। ਇੱਥੋਂ ਤੱਕ ਕਿ ਇੱਥੇ ਜਿਹੜੇ ਜਿਉਂਦੇ ਜਾਗਦੇ ਘੋੜੇ ਵੀ ਨੇ ਉਹ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਲਿਆ ਕੇ ਭੇਂਟ ਕਰ ਦਿੱਤੀ। ਅੱਜ ਵੀ ਆਪਣੇ ਇੱਥੇ ਤਬੇਲੇ ਦੇ ਵਿੱਚ ਦੋ ਘੋੜੇ ਹੁਣੀ ਪਿੱਛੇ ਜਿਹੇ ਉਹ ਭੇਟ ਹੋਏ ਨੇ ਜੀ ਬਾਬਾ ਅਜਾਪਾਲ ਸਿੰਘ ਨੂੰ। ਸੋ ਇਸ ਕਰਕੇ ਇਸ ਅਸਥਾਨ ਦੀ ਜਿਹੜੀ ਪ੍ਰਸਿੱਧੀ ਹੈ ਉਹ ਘੋੜਿਆਂ ਵਾਲਾ ਕਰਕੇ ਜਾਣਾ ਜ਼ਿਆਦਾ ਉਹ ਜ਼ਿਆਦਾ ਇਸ ਕਰਕੇ ਜਾਣਿਆ ਜਾਣ ਲੱਗ ਪਿਆ ਬਾਬਾ ਅਜਾਪਾਲ ਸਿੰਘ ਉਹ ਨਗਾਰਚੀ ਹੋਏ ਨੇ। ਤੇ ਹੁਣ ਮੈਂ ਦੱਸ ਦਈ ਇੱਕ ਨਿਹੰਗ ਸਿੰਘਾਂ ਨੇ ਆਪਾਂ PhD ਕੀਤੀ ਆ ਵੀ ਬਹੁਤ ਵੱਡੀ। ਹਾਂਜੀ, ਕਲਗੀਧਰ ਮਹਾਰਾਜ ਜੀ ਦੇ ਦਲ ਪੰਥ ਦੇ ਵਿੱਚ ਪੰਜ ਸਿੰਘਾਂ ਦਾ ਪ੍ਰਮੁੱਖ ਸਥਾਨ ਹੁੰਦਾ ਜੀ। ਇੱਕ ਤਾਂ ਨਗਾਰਜੀ ਸਿੰਘ, ਇੱਕ ਨਿਸ਼ਾਨਜੀ ਸਿੰਘ ਜੋ ਨਿਸ਼ਾਨ ਚੱਲ ਕੇ ਫੜ ਕੇ ਅੱਗੇ ਚੱਲਦੇ ਨੇ, ਇੱਕ ਗ੍ਰੰਥੀ ਸਿੰਘ ਜੀ, ਇੱਕ ਲਾਂਗਰੀ ਸਿੰਘ ਤੇ ਇੱਕ ਦੇਗੀਆ ਸਿੰਘ। ਇਹਨਾਂ ਪੰਜਾਂ ਦੀ ਸਲਾਹ ਦੇ ਨਾਲ ਜੋ ਵੀ ਕੰਮ ਕਰਨਾ, ਜੋ ਵੀ ਪੰਥ ਫੈਸਲੇ ਲੈਂਦਾ, ਇਹਨਾਂ ਪੰਜਾਂ ਦੀ ਸਲਾਹ ਦੇ ਨਾਲ ਲਿਆ ਜਾਂਦਾ ਤੇ ਨਗਾਰਜੀ ਸਿੰਘ ਦਾ ਸਥਾਨ ਸਭ ਤੋਂ ਮੁੱਖ ਮੰਨਿਆ ਜਾਂਦਾ ਸੀ। ਇਸੇ ਕਰਕੇ ਮਹਾਰਾਜ ਨੇ ਇੰਨੀਆਂ ਬਖਸ਼ਿਸ਼ਾਂ ਇੱਥੇ 6 ਨਗਾਰੇ ਵੱਡੇ ਭੇਟ ਕੀਤੇ ਨੇ, ਤਲਵਾਰਾਂ, ਕਿਰਪਾਨਾਂ, ਢਾਲਾਂ, ਬੰਦੂਕਾਂ, ਅੰਤ ਹੀ ਕੋਈ ਨਹੀਂ। ਤੇ ਇਹ ਵੀ ਆਪਾਂ ਜੇ ਕਹਿ ਦਈਏ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਸ਼ਸਤਰ ਉਹ ਇਸ ਅਸਥਾਨ ਦੇ ਉੱਤੇ ਪਏ ਨੇ। ਇੰਨੇ ਸ਼ਸਤਰ ਹੋਰ ਕਿਸੇ ਵੀ ਅਸਥਾਨ ਤੇ ਨਹੀਂ ਹੈ। ਜਿੰਨੇ ਸ਼ਸਤਰ ਸਾਗਣ ਜਿਹੜੀ ਹਜ਼ੂਰ ਸਾਹਿਬ ਤੋਂ ਬਾਅਦ ਜੇ ਆਪਾਂ ਵੇਖੀਏ ਸਭ ਤੋਂ ਵੱਧ ਸ਼ਸਤਰ ਉਹ ਇਸ ਪਾਵਨ ਅਸਥਾਨ ਦੇ ਉੱਤੇ ਉਹ ਸੁਸ਼ੋਭਿਤ ਨੇ ਜੀ। ਤੇ ਸੰਨ 1812 ਦੇ ਵਿੱਚ ਮਹਾਂਪੁਰਖ ਆਪਣਾ ਸਰੀਰ ਤਿਆਗ ਜਾਂਦੇ ਨੇ। ਇੰਨਾ ਲੰਮਾ ਸਮਾਂ। ਹੁਣ ਜੇ ਵੇਖੀਏ ਕਿ ਕਲਗੀਧਰ ਮਹਾਰਾਜ ਜੀ ਵੇਲੇ 1708 ਦੇ ਵਿੱਚ ਜਦੋਂ ਮਹਾਰਾਜ ਜੀ ਸੱਚਖੰਡ ਜਾਂਦੇ ਨੇ, ਜੇ ਬਾਬਾ ਜੀ ਦੀ ਉਮਰ ਆਪਾਂ 20 ਸਾਲ ਵੀ ਮੰਨੀਏ ਤੇ 1812 ਦੇ ਵਿੱਚ ਮਹਾਂਪੁਰਖ ਜੀ ਆਪਣਾ ਸਰੀਰ ਉਹ ਤਿਆਗਦੇ ਨੇ। ਇੱਥੇ ਹੀ ਉਹਨਾਂ ਦਾ ਅੰਗੀਠਾ ਸਾਹਿਬ ਵੀ ਬਣਿਆ। ਇੱਥੇ ਉਹਨਾਂ ਨੇ 40 ਸਾਲ ਬੰਦਗੀ ਕੀਤੀ, ਤਪੱਸਿਆ ਕੀਤੀ ਇਸ ਪਾਵਨ ਅਸਥਾਨ ਤੇ, ਜੰਗਲਾਂ ਵਿੱਚ ਮੰਗਲ ਲੱਗੇ। ਤੇ ਉਹਨਾਂ ਦੀ ਉਮਰ 120 ਸਾਲ ਤੋਂ ਕਿਤੇ ਵੱਧ ਅਨੁਮਾਨ ਲਾਇਆ ਜਾ ਸਕਦਾ ਵੀ ਇੰਨੀ ਵੱਡੀ ਉਮਰ। ਤੇ ਇਹ ਉਹ ਸਮਾਂ ਹੈ ਜਦੋਂ ਸਿੱਖ ਹੌਲੀ ਹੌਲੀ ਰਾਜ ਕਰ ਰਹੇ ਨੇ, ਜੰਗਲਾਂ ਦੇ ਵਿੱਚੋਂ ਨਿਕਲ ਕੇ ਸਿੱਖ ਸੰਘਰਸ਼ ਦੀ ਪ੍ਰਾਪਤੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਉਹਨਾਂ ਨੇ ਉਹ ਸਾਰੇ ਕਿਲੇ ਫਤਿਹ ਕੀਤੇ, ਦਿੱਲੀ ਦੇ ਲਾਲ ਕਿਲੇ ਦੇ ਉੱਤੇ ਖਾਲਸੇ ਪਰਚਮ ਉਹਨਾਂ ਨੇ ਝੁਲਾਏ। ਸੋ ਫਿਰ ਇਹ ਸਾਰਾ ਇਹ ਉਹ ਸਮਾਂ ਹੈ ਸੰਨ 1783 ਦੇ ਵਿੱਚ ਸਿੰਘ ਲਾਲ ਕਿਲੇ ਨੂੰ ਫਤਿਹ ਕਰਦੇ ਨੇ ਉਸ ਵੇਲੇ। ਤੇ ਉਹ ਸਾਰਾ ਸਮਾਂ ਮਹਾਂਪੁਰਖਾਂ ਨੇ ਆਪਣੀ ਅੱਖੀ ਉਹ ਸਾਰਾ ਸਮਾਂ ਵੇਖਿਆ, ਹੰਢਾਇਆ ਤੇ 1812 ਦੇ ਵਿੱਚ ਮਹਾਂਪੁਰਖ ਉਹ ਇਸ ਪਾਵਨ ਅਸਥਾਨ ਵਿਖੇ ਉਹ ਚੜ੍ਹਾਈ ਕਰ ਜਾਂਦੇ ਨੇ। ਅੱਜ ਵੀ ਸੰਗਤਾਂ ਇਸ ਅਸਥਾਨ ਤੇ ਆ ਕੇ ਘੋੜੇ ਭੇਟਾ ਕਰਦੀਆਂ, ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ। ਚਾਂਦੀ ਦੇ ਘੋੜ, ਸੋਨੇ ਦੇ ਘੋੜੇ ਵੀ ਸੰਗਤਾਂ ਇੱਥੇ ਭੇਟ ਕਰਦੀਆਂ। ਤੇ ਇੱਦਾਂ ਕਹਿ ਲਈਏ ਵੀ ਸ਼ਹੀਦਾਂ ਸਿੰਘਾਂ ਦਾ ਇੱਥੇ ਪ੍ਰਤੱਖ ਪਹਿਰਾ ਹੈ।
ਸ਼ਸਤਰਾਂ ਦੇ, ਨਗਾਰਿਆਂ ਦੇ, ਮਹਾਂਪੁਰਖਾਂ ਦਾ ਬਸਤਰ ਪਿਆ, ਪ੍ਰਾਂਤ ਪਈ ਹੈ, ਸਰੰਦਾ ਪਿਆ, ਅਤੇ ਸਾਰੀਆਂ ਸੰਗਤਾਂ ਉੱਥੋਂ ਦਰਸ਼ਨ ਕਰਦੀਆਂ ਅਤੇ ਪ੍ਰਤੱਖ ਪ੍ਰਮਾਣ ਹੈ ਕਿ ਇੱਥੇ ਭਗਤੀ ਅਤੇ ਸ਼ਕਤੀ ਉਹ ਦੋਵੇਂ ਚੀਜ਼ਾਂ ਉਹ ਇੱਥੇ ਮੌਜੂਦ ਨੇ। ਅਤੇ ਮੈਂ ਇੱਕ ਹੋਰ ਇੱਥੇ ਬੇਨਤੀ ਕਰਾਂ, ਜਿਹੜਾ ਇਹ ਪਾਵਨ ਅਸਥਾਨ, ਇਹਨੂੰ ਡੇਰਾ ਬਾਬਾ ਜਾਂ ਪਲ ਕਿਹਾ ਜਾਂਦਾ, ਇਹ ਪਾਵਨ ਅਸਥਾਨ ਦੇ ਉੱਤੇ ਸਿੱਖ ਪੰਥ ਦੇ ਜੋ ਮਹਾਨ ਵਿਦਵਾਨ ਹੋਏ ਨੇ, ਕਾਹਨ ਸਿੰਘ ਜੀ ਨਾਭਾ, ਜਿਨ੍ਹਾਂ ਨੇ ਮਹਾਨ ਕੁਛ ਲਿਖਿਆ, ਇੰਸਾਈਕਲੋਪੀਡੀਆ ਆਫ ਸਿੱਖਿਜ਼ਮ, ਉਹਨਾਂ ਦਾ ਬਚਪਨ ਇੱਥੇ ਬੀਤਿਆ। ਕਾਹਨ ਸਿੰਘ ਨਾਭਾ, ਉਹਨਾਂ ਦਾ ਬਚਪਨ ਇੱਥੇ ਬੀਤਿਆ। ਜਿਹੜੇ ਭਾਈ ਕਾਹਨ ਸਿੰਘ ਨਾਭਾ ਜੀ ਦੇ ਪਿਤਾ ਜੀ ਸਨ ਭਾਈ ਨਾਰਾਇਣ ਸਿੰਘ ਜੀ, ਜਿਨ੍ਹਾਂ ਨੇ ਇੱਕ ਚੌਂਕੜੇ ਦੇ ਉੱਤੇ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਨੂੰ ਅਖੰਡ ਪਾਠ ਸਾਹਿਬ ਸੁਣਾਇਆ ਉਸ ਵਕਤ। ਹਾਂਜੀ, ਮਹਾਰਾਜਾ ਨਾਭਾ ਹੀਰਾ ਸਿੰਘ ਨੇ ਇੱਕ ਚੌਂਕੜੇ ਦੇ ਉੱਤੇ ਸੁਣਿਆ। ਅੱਛਾ, ਮਹਾਰਾਜਾ ਹੀਰਾ ਸਿੰਘ ਜੀ ਨੇ ਵੀ ਸੁਣਿਆ ਔਰ ਉਹਨਾਂ ਦੇ ਪਿਤਾ ਜੀ ਨੇ, ਭਾਈ ਕਾਹਨ ਸਿੰਘ ਨਾਭਾ ਦੇ ਪਿਤਾ ਜੀ ਨੇ ਨਾਰਾਇਣ ਸਿੰਘ ਜੀ ਨੂੰ ਸੁਣਾਇਆ ਇੱਕ ਚੌਂਕੜੇ ਦੇ ਉੱਤੇ। ਤੇ ਫੇਰ ਉਹਨਾਂ ਨੇ ਪਾਲਕੀ ਭੇਜੀ ਕਿਲੇ ਤੋਂ ਪਾਲਕੀ ਇੱਥੇ ਆਈ ਜਦੋਂ, ਤੇ ਉਹਨਾਂ ਨੇ ਦੇਖਿਆ ਵੀ ਲੋਕੀ ਮੱਥਾ ਟੇਕ ਰਹੇ ਨੇ ਆਲੇ ਦੁਆਲੇ, ਵੀ ਲੱਗਦਾ ਮੈਨੂੰ ਟੇਕ ਰਹੇ। ਉਹਨੇ ਜਦੋਂ ਪਾਲਕੀ ਤੋਂ ਪਰਦਾ ਹਟਾ ਕੇ ਦੇਖਿਆ, ਪਾਲਕੀ ਨੂੰ ਅਗਲਾ ਮੋਢਾ ਰਾਜਾ ਉਹ ਹੀਰਾ ਸਿੰਘ ਜੀ ਨੇ ਲਾਇਆ ਹੋਇਆ ਸੀ। ਇੱਕਦਮ ਥੱਲੇ ਉਤਰੇ, ਉਹ ਕਹਿੰਦੇ ਮਹਾਰਾਜਾ ਜੀ ਤੁਸੀਂ ਕਾਹਨੂੰ ਮੇਰੀ ਪਾਲਕੀ ਨੂੰ ਮੋਢਾ ਲਾਇਆ? ਕਹਿੰਦੇ ਨਹੀਂ, ਇਹ ਸਤਿਕਾਰ ਤੁਹਾਡਾ ਨਹੀਂ, ਤੁਹਾਡੀ ਸੁਣਾਈ ਹੋਈ ਬਾਣੀ ਦਾ। ਤੇ ਇਸ ਕਰਕੇ ਫਿਰ ਇਹ ਪਾਵਨ ਅਸਥਾਨ ਉਹਨਾਂ ਦੀ ਯਾਦ ਦੇ ਵਿੱਚ ਵੀ, ਜੋ ਭਾਈ ਕਾਹਨ ਸਿੰਘ ਨਾਭਾ ਦਾ ਬਚਪਨ ਇੱਥੇ ਬੀਤਿਆ, ਇੱਥੋਂ ਦੇ ਮਹੰਤ ਭਾਈ ਨਾਰਾਇਣ ਸਿੰਘ ਜੀ ਰਹੇ, ਫਿਰ ਉਹਨਾਂ ਦੇ ਦਾਦਾ ਜੀ ਸਰੂਪ ਸਿੰਘ ਜੀ ਭਾਈ ਕਾਹਨ ਸਿੰਘ, ਉਹ ਵੀ ਇੱਥੋਂ ਦੇ ਮਹੰਤ ਰਹੇ ਨੇ। ਉਹਨਾਂ ਸਾਰਿਆਂ ਨੇ ਸੇਵਾ ਕੀਤੀ ਇਸ ਪਾਵਨ ਅਸਥਾਨ 'ਤੇ। ਸੋ ਇਹ ਵੱਡਾ ਇਤਿਹਾਸਿਕ ਅਸਥਾਨ ਵੀ ਹੈ ਅਤੇ ਸਿੱਖ ਪੰਥ ਲਈ ਬੜਾ ਸਾਂਭਣਯੋਗ ਅਸਥਾਨ ਵੀ। ਹੁਣ ਇਸ ਅਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਖੂਬੀ ਉਹ ਨਿਭਾਈ ਜਾਂਦੀ ਹੈ। ਕਾਰ ਸੇਵਾ ਦਾ ਵੀ ਲੰਗਰ ਚੱਲਦਾ, ਹਰ ਸੰਗਰਾਂਦ ਨੂੰ ਇੱਥੇ ਦੀਵਾਨ ਛੱਜਦੇ ਨੇ, ਹਰ ਐਤਵਾਰ ਨੂੰ ਵੀ ਇੱਥੇ ਦੀਵਾਨ ਛੱਜਦੇ ਨੇ ਜੀ। ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾਵਾਂ ਇੱਥੇ ਪੂਰੀਆਂ ਹੁੰਦੀਆਂ ਨੇ। ਬਾਈ ਸਾਹਿਬ, ਤੁਸੀਂ ਇੱਕ ਗੱਲ ਕੀਤੀ ਸੀ ਵੀ ਨਿਹੰਗ ਸਿੰਘਾਂ ਦੇ ਵਿੱਚ ਪੰਜ ਜੀ ਜਿਹੜੇ ਸਿੰਘ ਨੇ ਜੀ ਜੀ ਪ੍ਰਮੁੱਖ ਮੰਨੇ ਜਾਂਦੇ ਨੇ, ਪਰ ਉਹਨਾਂ ਦੇ ਜ਼ਰੀਏ ਸਾਰੇ ਫੈਸਲੇ ਕਰਵਾਏ। ਹਾਂਜੀ ਹਾਂਜੀ ਬਿਲਕੁਲ। ਮਤਲਬ ਕੀ ਇਹ ਪ੍ਰਥਾ ਫਿਰ ਪੰਥ ਨੇ ਨਹੀਂ ਅੱਗੋਂ ਜਿਹੜੀ ਹੈ ਸਵੀਕਾਰ ਕੀਤੀ ਜੀ? ਇਹ ਤੋਂ ਆਪਾਂ ਕਹਿ ਸਕਦੇ ਹਾਂ ਵੀ ਸਮਾਂ ਬੀਤਣ ਦੇ ਨਾਲ ਕੁਝ ਕੁ ਜੇ ਉਹ ਆਪਾਂ ਪੁਰਾਣੀਆਂ ਸਾਡੀਆਂ ਰਵਾਇਤਾਂ ਉਹਨਾਂ ਨੂੰ ਆਪਾਂ ਤਿਆਗ ਦਿੱਤਾ ਜਾਂਦਾ ਜਾਂ ਉਹ ਬਦਲ ਜਾਂਦੀਆਂ ਨੇ। ਪੰਥ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ, ਜਥੇਦਾਰ ਜੋ ਕਹਿ ਦਿੱਤਾ ਸੋਈ ਪੰਥ ਮਾਨ ਸਭ ਦਿੱਤਾ। ਪਰ ਅੱਜ ਸਾਡੀ ਸਿੱਖ ਕੌਮ ਦੇ ਵਿੱਚ ਨਿਗਾਰ ਹੈ ਕਿ ਜਥੇਦਾਰ ਜੀ ਦੀ, ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਦੀ ਜੋ ਵੀ ਉਹ ਕਹਿ ਦਿੰਦੇ ਨੇ, ਉਹਨਾਂ ਦੀ ਸਰਪ੍ਰਸਤੀ ਕੁਝ ਕੁ ਨਹੀਂ ਜਿਹੜੇ ਮੰਨਣ ਨੂੰ ਤਿਆਰ ਨਹੀਂ, ਪਰ ਇਹ ਮੰਨਣਾ ਚਾਹੀਦਾ, ਜਥੇਦਾਰਾਂ ਦਾ ਹੁਕਮ ਸਿਰ ਮੱਥੇ 'ਤੇ ਮੰਨਣਾ ਚਾਹੀਦਾ। ਅਤੇ ਪੰਜ ਪ੍ਰਧਾਨੀ ਪ੍ਰਣਾਲੀ ਉਹ ਮੁੜ ਲਾਗੂ ਕਰਨੀ ਚਾਹੀਦੀ ਹੈ, ਕਿਉਂਕਿ ਜੋ ਪੰਜ ਸਿੰਘ ਕਿਹਾ ਜਾਣਾ ਉਹਨਾਂ ਵਿੱਚ ਕਲਗੀਧਰ ਮਹਾਰਾਜ ਦਾ ਵਾਸਾ ਹੁੰਦਾ। ਬਾਣੇ ਨੂੰ ਸਲਾਮਾਂ ਹੁੰਦੀਆਂ ਨੇ, ਪਰ ਜਦੋਂ ਕਿਤੇ ਬਾਹਰ ਵਿਚਰਦੇ ਆ ਨਾ, ਲੋਕੀ ਬਾਣਾ ਵੇਖ ਕੇ ਹੱਸਦੇ ਨੇ, ਲੋਕੀ ਕਹਿੰਦੇ ਤਾਂ ਭੰਗ ਪੀਣੇ ਆ ਗਏ। ਸੋ ਨਿਹੰਗ ਸਿੰਘਾਂ ਨੂੰ ਭੰਗ ਪੀਣਾ ਕਿਹਾ ਜਾਂਦਾ, ਵੀ ਇਹਨਾਂ ਪੱਲੇ ਕੁਛ ਨਹੀਂ ਆ, ਭੰਗ ਪੀ ਕੇ ਪਏ ਰਹਿੰਦੇ। ਸੋ ਮਨ ਦੇ ਵਿੱਚ ਆਇਆ ਵੀ ਮਨਾ ਆਪਾਂ ਬਾਣਾ ਸਜਾਉਂਦੇ ਹਾਂ, ਗਤਕਾ ਖੇਡਦੇ ਹਾਂ, ਤੇ ਇਹ ਨਿਹੰਗ ਸਿੰਘ ਭੰਗ ਪੀਣੇ ਉਹ ਤਾਂ ਨਹੀਂ ਜੋ ਕਲਗੀਧਰ ਮਹਾਰਾਜ ਨੇ ਸਾਜੇ, ਕਿਉਂ ਨਾ ਫਿਰ ਉਹਨਾਂ ਅਸਲ ਨਿਹੰਗ ਸਿੰਘਾਂ ਦਾ ਇਤਿਹਾਸ, ਜਿਹਨਾਂ ਨੇ ਤੇਗਾਂ ਵਾਹੀਆਂ, ਨੰਗੇ ਪਿੰਡੇ, ਨੰਗੇ ਪੈਰਾਂ ਜੰਗਲਾਂ ਦੇ ਵਿੱਚ ਰਹਿ ਕੇ, ਹਾਂਜੀ, ਜਿਹਨਾਂ ਨੇ ਭੁੱਖੇ ਪੇਟ ਤਪ ਕੀਤਾ, ਖਾਲਸਾ ਰਾਜ ਦੀ ਪ੍ਰਾਪਤੀ ਕੀਤੀ, ਤੇ ਉਹਨਾਂ ਨਿਹੰਗ ਸਿੰਘਾਂ ਦਾ ਆਪਾਂ ਕੁਛ ਨਾ ਕੋਈ ਇਤਿਹਾਸ ਆਪਾਂ ਲਿਖੀਏ। ਸੋ ਜਿਹਨੂੰ ਵੀ ਵਿਸ਼ਾ ਦੱਸੀ ਦਾ ਸੀ ਮੈਂ PhD ਨਿਹੰਗ ਸਿੰਘਾਂ ਦੇ ਕਰਨਾ, ਅਗਲਾ ਹੱਸਦਾ ਸੀ ਵੀ ਤੈਨੂੰ ਕੋਈ ਹੋਰ ਸਬਜੈਕਟ ਨਹੀਂ ਮਿਲਿਆ। ਪਰ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਕਿ
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਮੈਂ ਇਹ ਨਿਹੰਗ ਸਿੰਘਾਂ ਦੇ ਉੱਪਰ PhD ਕੀਤੀ ਅਤੇ ਮੈਨੂੰ ਡਿਗਰੀ ਅਵਾਰਡ ਹੋਈ ਹੈ ਜੀ। ਇਹ ਬਾਬਾ ਫਤਿਹ ਸਿੰਘ ਸਾਹਿਬ ਜੀ ਜੋ ਕਲਗੀਧਰ ਮਹਾਰਾਜ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ। ਨਿਹੰਗ ਸਿੰਘ ਆਪਣਾ ਪਹਿਲਾ ਜਥੇਦਾਰ ਉਹਨਾਂ ਨੂੰ ਮੰਨਦੇ ਨੇ। ਨਿਹੰਗ ਸਿੰਘ ਪਹਿਲਾ ਜਥੇਦਾਰ, ਹਾਂਜੀ। ਪੁੱਛੋ ਜੀ ਨਿਹੰਗ ਸਿੰਘ ਕਿੱਥੋਂ ਚੱਲੇ, ਉਹ ਕਹਿਣਗੇ ਬਾਬਾ ਫਤਿਹ ਸਿੰਘ ਜੀ ਤੋਂ। ਸੋ ਉਹਨਾਂ ਤੋਂ ਫਿਰ ਨੀਲੇ ਬਾਣਿਆਂ ਵਾਲੇ, ਇਉਂਪਜੇ ਸਿੰਘ ਭਜੰਗੀ ਆ, ਨੀਲੰਬਰ ਧਾਰ ਆ, ਉਹਨਾਂ ਤੋਂ ਇਹ ਨਿਹੰਗ ਸਿੰਘ ਫੌਜਾਂ ਇਹ ਚੱਲੀਆਂ ਨੇ। ਹੋਰ ਕੋਈ ਸਵਾਲ ਹੋਵੇ ਪੁੱਛ ਸਕਦੇ ਹੋ। ਸਵਾਲ ਨਿਹੰਗ ਸਿੰਘਾਂ ਦੀ ਬਾਬਤ ਹੀ ਬਾਬਾ ਜੀ, ਕੁਛ ਹੋਰ ਜਿਹੜੀ ਪੁਰਾਤਨ ਨਿਹੰਗ ਸਿੰਘ ਸਨ ਉਹਨਾਂ ਦੇ ਮੈਂ ਪੜ੍ਹੇ ਵੀ ਨੇ ਅਤੇ ਸੁਣੇ ਵੀ ਨੇ, ਬੜੇ ਉੱਚੇ ਸੁੱਚੇ ਜੀਵਨ ਹੁੰਦੇ ਸੀ। ਜੀ ਜੀ ਬਿਲਕੁਲ, ਮਤਲਬ ਔਰ ਉਸ ਵਕਤ ਅਕਾਲੀ ਫੂਲਾ ਸਿੰਘ ਜੀ ਲਾ ਲਓ, ਬਿਲਕੁਲ ਜੀ ਬਿਲਕੁਲ, ਉਹ ਵੀ ਨਿਹੰਗ ਸਿੰਘ ਸੀ, ਬਿਲਕੁਲ। ਅਤੇ ਤੁਸੀਂ ਕਿਸੇ ਮਤਲਬ ਪੰਥ ਦਲ ਦੇ ਨਾਲ ਸੰਬੰਧਿਤ ਹੋ ਜਾਂ ਇੱਦਾਂ ਹੀ ਮਤਲਬ ਤੁਹਾਡੇ ਮਨ ਵਿੱਚ ਚਾਅ ਉਤਪੰਨ ਹੋਇਆ ਕਿ ਮੈਂ ਡਿਗਰੀ ਕਰਨੀ ਹੈ ਅਤੇ ਜਿਹੜੀ ਇਹ ਡਾਕਟਰੇਟ ਡਿਗਰੀ PhD ਕਰਨੀ ਨਿਹੰਗ ਸਿੰਘਾਂ ਦੇ ਉੱਪਰ ਕਰਨੀ ਆ, ਮਤਲਬ ਤੁਸੀਂ ਕਿਸੇ ਪੰਥ ਦਲ ਨਾਲ ਸੰਬੰਧਿਤ ਹੋ ਜੀ? ਪ੍ਰੋਫੈਸ਼ਨਲੀ ਤੌਰ 'ਤੇ ਤਾਂ ਵੀ ਕਿਸੇ ਪੰਥ ਨਾਲ ਤਾਂ ਸੰਬੰਧਿਤ ਤਾਂ ਨਹੀਂ, ਕਿਸੇ ਦਲ ਪੰਥ ਨਾਲ, ਪਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੋ ਸਾਡੇ ਗੱਤਕੇ ਦੇ ਜਥੇਦਾਰ ਬਾਪੂ ਪ੍ਰੀਤਮ ਸਿੰਘ ਜੀ, ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਗੱਤਕੇ ਦੇ ਉਸਤਾਦ ਹੋਏ ਨੇ। ਸੋ ਉਹਨਾਂ ਨੂੰ ਦੇਖ ਕੇ ਮਨ 'ਚੋਂ ਪ੍ਰੇਰਨਾ ਆਈ ਕਿ ਉਹਨਾਂ ਇੱਧਰ ਨੂੰ ਕੰਮ ਕੀਤਾ ਜਾਵੇ, ਨਿਹੰਗ ਸਿੰਘਾਂ ਦੇ ਉੱਤੇ ਬਾਣੀ ਬਾਣੇ ਦੇ ਉੱਤੇ ਕੰਮ ਕੀਤਾ ਜਾਵੇ। ਅਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅੱਜ ਪਹਿਲਾਂ ਜਿਹੜੇ ਸਿੰਘ ਉੱਚੇ ਸੁੱਚੇ ਕਿਰਦਾਰ ਵਾਲੇ, ਅੱਜ ਉਹ ਕਿਰਦਾਰ ਨਹੀਂ ਰਿਹਾ। ਇਹਦਾ ਕਾਰਨ ਕਲਗੀਧਰ ਮਹਾਰਾਜ ਲਿਖ ਕੇ ਗਏ ਨੇ। ਮਹਾਰਾਜ ਕਹਿੰਦੇ ਜਬਲਗ ਖਾਲਸਾ ਰਹੇ ਨਿਆਰਾ, ਤਬਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਖਾਲਸਾ ਨਿਆਰਾ ਰਹੇਗਾ, ਮੈਂ ਆਪਣਾ ਤੇਜ, ਆਪਣੀ ਸਾਰੀ ਸ਼ਕਤੀ ਦੇਵਾਂਗਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜਦੋਂ ਖਾਲਸਾ ਵਿਪਰਵਾਦੀ ਰੀਤਾਂ ਦਾ ਧਾਰਨੀ ਬਣ ਗਿਆ, ਮਹਾਰਾਜ ਕਹਿੰਦੇ ਆਪਣੇ ਖਾਲਸੇ ਦੀ ਪਰਵਾਹ ਮੈਂ ਵੀ ਨਹੀਂ ਕਰਨੀ ਕਰੀ। ਹਾਂਜੀ, ਹੁਣ ਆਪਾਂ ਗੁਰੂ ਦੇ ਸਿਧਾਂਤਾਂ ਤੋਂ ਜਦੋਂ ਦੇ ਟੁੱਟੇ ਹਾਂ, ਬਾਣੀ ਬਾਣੇ ਤੋਂ ਦੂਰ ਹੋਏ ਹਾਂ। ਇਹ ਬਾਣਾ ਆਪਣਾ ਨਹੀਂ ਜੀ, ਇਹ ਮਹਾਰਾਜ ਦਾ। ਜਦੋਂ ਦਾ ਆਪਾਂ ਬਾਣੀ ਤੋਂ ਬਾਣੇ ਤੋਂ ਟੁੱਟੇ ਹਾਂ, ਆਪਣੀ ਮਨ ਦੀ ਮਰਜ਼ੀ ਕਰਨ ਲੱਗ ਪਏ, ਮਹਾਰਾਜ ਕਹਿੰਦੇ ਆਪਣਾ ਭਾਣਾ ਜੋ ਚੱਲਾ ਭਾਈ ਵਿਛੁੜ ਚੋਟਾਂ ਖਾਵੇ। ਜਦੋਂ ਆਪਣੀ ਮਨ ਦੀ ਮਰਜ਼ੀ ਕਰਦੇ ਹਾਂ, ਉਦੋਂ ਤੋਂ ਮਹਾਰਾਜ ਫਿਰ ਸਾਡੀ ਉਹ ਸਾਰ ਨਹੀਂ ਕਰਨਗੇ। ਬਿਲਕੁਲ, ਤੁਹਾਡਾ ਨੂਰਾਨੀ ਚਿਹਰਾ ਦੇਖ ਕੇ ਬੜੀ ਖੁਸ਼ੀ ਹੋਈ ਮੈਨੂੰ ਤਾਂ ਮਿਲ ਕੇ, ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਇਹ ਇੱਕ ਬਹੁਤ ਜਿਹੜੀ ਆਪਾਂ ਕਹਿ ਲਈਏ ਵੀ ਵੱਡੀ ਗੱਲ ਹੋਏਗੀ ਉਹਨਾਂ ਵਾਸਤੇ ਵੀ, ਬਈ ਨਿਹੰਗ ਸਿੰਘਾਂ ਦੇ ਉੱਪਰ PhD ਔਰ ਗੁਰੂ ਘਰ ਦੇ ਉਹ ਇਸ ਵਕਤ ਕਥਾਵਾਚਕ ਨੇ ਡਾਕਟਰ ਮਨਿੰਦਰ ਸਿੰਘ ਜੀ, ਕੁਛ ਪੁਸਤਕਾਂ ਵੀ ਲਿਖ ਰਹੇ ਹੋ ਨਿਹੰਗ ਸਿੰਘਾਂ ਦੇ ਉੱਪਰ? ਹਾਂਜੀ, ਆਉਣ ਵਾਲੇ ਮੇਰਾ ਥੀਸਿਸ ਜਿਹੜਾ ਹੈ ਉਹ ਤਾਂ ਤਿਆਰ ਹੋਇਆ ਹੀ ਪਿਆ ਜੀ, ਪੰਜਾਬੀ ਯੂਨੀਵਰਸਿਟੀ ਵੱਲੋਂ ਡਿਗਰੀ ਅਵਾਰਡਡ ਹੈ। ਅਤੇ ਇਸ ਜਿਹੜਾ ਥੀਸਿਸ ਨੂੰ ਅਸੀਂ ਬੁੱਕ ਫੋਰਮ ਦੇ ਵਿੱਚ ਜਲਦੀ ਪ੍ਰਕਾਸ਼ਿਤ ਕਰਾਂਗੇ। ਹਾਂਜੀ, ਥੋੜ੍ਹਾ ਜਿਹਾ ਮਾਇਆ ਦੀ ਥੋੜ੍ਹੀ ਕਰ ਹੈ। ਹਾਂਜੀ, ਉਹ ਫਿਰ ਜਲਦੀ ਹੀ ਆਉਣ ਵਾਲੇ ਸਮੇਂ ਇੱਕ ਪਾਵਨ ਅਸਥਾਨ ਬਾਰੇ ਵੀ, ਇਤਿਹਾਸ ਤੇ ਨਾਭੇ ਦਾ ਇਤਿਹਾਸ ਤੇ ਕੁਝ ਪੁਸਤਕਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਮਤਲਬ ਉਸ ਵਕਤ ਜਿਹੜੇ ਰਾਜੇ ਸੀ ਉਹਨਾਂ ਦੇ ਵੀ ਕਿੰਨੇ ਉੱਚੇ ਸੁੱਚੇ ਜੀਵਨ ਸੀ। ਬਿਲਕੁਲ ਜੀ ਬਿਲਕੁਲ, ਔਰ ਅੱਜ ਦੇ ਰਾਜਿਆਂ ਵਿੱਚ ਤੇ ਉਹਨਾਂ ਰਾਜਿਆਂ ਵਿੱਚ ਜਿਹੜੀ ਧਰਤੀ ਤੇ ਆਪਾਂ ਖੜੇ ਹਾਂ ਨਾ ਜੀ, ਨਾਭਾ ਸਟੇਟ ਇੱਕੋ ਇੱਕ ਸਟੇਟ ਹੈ ਜਿਹੜੀ ਸਿੱਖ ਰਾਜ ਦੀ ਹਮਾਇਤ ਕਰਦੀ ਸੀ ਨਾਭੇ ਦੀ, ਕਿਉਂਕਿ ਜੋ ਆਨੰਦ ਮੈਰਿਜ ਐਕਟ ਹੈ ਉਹ ਮਹਾਰਾਜਾ ਰਿਪੂ ਦਮਨ ਸਿੰਘ ਨੇ ਸ਼ੁਰੂ ਕੀਤਾ ਸੀ। ਇਸੇ ਕਰਕੇ ਅੰਗਰੇਜ਼ ਸਰਕਾਰ ਦੀ ਅੱਖ ਦੇ ਵਿੱਚ ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਰਿਪੂ ਦਮਨ ਸਿੰਘ ਉਹ ਰੜਕਦੇ ਸੀ। ਇਸੇ ਕਰਕੇ ਉਹਨਾਂ ਨੂੰ ਗੱਦੀ ਤੋਂ ਲਾਇਆ ਗਿਆ, ਉਹਨਾਂ ਨੂੰ ਜਲਾਵਤਨ ਕਰਕੇ ਦੇਹਰਾਦੂਨ ਭੇਜ ਦਿੱਤਾ ਗਿਆ। ਅਤੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਇਸ ਸਥਾਨ ਦੀ ਵੀ ਜਿੱਥੇ ਕਵਰੇਜ ਕਰ ਰਹੇ ਉੱਥੇ ਨਾਲ ਹੀਰਾ ਮਹਿਲ ਹੈ ਨਾਭਾ, ਉੱਥੇ ਹੁਣ ਮਹਾਰਾਣੀ ਸਾਹਿਬ ਦੁਬਾਰਾ ਆਏ ਨੇ, ਦੁਬਾਰਾ ਰੋਇਲ ਫੈਮਿਲੀ ਉਹ ਵਸੀ ਹੈ, ਉੱਥੇ ਵੀ ਜ਼ਰੂਰ ਆਪ ਜੀ ਉੱਥੇ ਦੀ ਕਵਰੇਜ ਕਰਕੇ ਆਇਆ ਜ਼ਰੂਰ, ਕਿਉਂਕਿ ਇਹ ਸਾਡਾ
ਇਹ ਸ਼ਾਹੀ ਪਰਿਵਾਰ ਹੈ ਨਾਭੇ ਦਾ ਤੇ ਸਿੱਖ ਜਿਹੜੀ ਰਿਆਸਤ ਤੋਂ ਮੰਨੀ ਜਾਂਦੀ ਜੈਤੋਂ ਦਾ ਮੋਰਚਾ ਇੱਥੋਂ ਦੀ ਆਰੰਭ ਹੋਇਆ ਜੀ ਹਾਂਜੀ ਸੋ ਇਹ ਤਾਂ ਮਤਲਬ ਕਹੋ ਸਿੱਖ ਰਾਜਧਾਨੀ ਹੈ ਇੱਕ ਹੋਰ ਮੈਂ ਭਾਈ ਸਾਹਿਬ ਸੁਣੀ ਸੀ ਵਿਚਾਰ ਜੀ ਬਹੁਤ ਸਾਲ ਪਹਿਲਾਂ ਹੋ ਗਏ ਜੀ ਵੀ ਨਾਭੇ ਦੀ ਧਰਤੀ ਤੇ ਮਹਾਰਾਜਾ ਹੀਰਾ ਸਿੰਘ ਦੇ ਸਮੇਂ ਜਿੰਨੇ ਨਾਭੇ ਦੇ ਗੇਟ ਨੇ ਹਾਂਜੀ ਉਹਨਾਂ ਸਾਰੇ ਗੇਟਾਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰਿਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਹ ਕੀਤਾ ਜਾਂਦਾ ਸੀ ਵੀ ਕਿਉਂਕਿ ਜਿਹੜਾ ਨਾਭੇ ਦੇ ਮਹਾਰਾਜੇ ਸਨ ਮਹਾਰਾਜਾ ਹੀਰਾ ਸਿੰਘ ਜਾਂ ਮਹਾਰਾਜਾ ਰਿਪੂਦਮਨ ਸਿੰਘ ਜਾਂ ਉਹਨਾਂ ਤੋਂ ਪਹਿਲਾਂ ਉਹ ਸਾਰੇ ਗੁਰੂ ਘਰ ਨਾਲ ਬੜਾ ਸਨੇਹ ਰੱਖਦੇ ਹੁੰਦੇ ਸੀ ਈਵਨ ਕਿ ਜੋ ਮਹਾਰਾਜਾ ਭਰਪੂਰ ਸਿੰਘ ਹੋਏ ਨੇ ਮਹਾਰਾਜ ਨਾਭੇ ਦੇ ਮਹਾਰਾਜੇ ਉਹਨਾਂ ਨੇ ਬਕਾਇਦਾ ਇੱਥੇ ਨਾ ਰਾਮਗੜ੍ਹ ਬਾਉਣਾ ਪਿੰਡ ਹੈ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉੱਥੇ ਆਏ ਹੋਏ ਨੇ ਹਾਂਜੀ ਬਕਾਇਦਾ ਮਹਾਰਾਜਾ ਭਰਪੂਰ ਸਿੰਘ ਨੇ ਫਿਰ ਉੱਥੇ ਬੋਲੀ ਬਣਾਈ ਉੱਥੇ ਤੇ ਸੰਗਤਾਂ ਉੱਥੇ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਜਾਣ ਕੇ ਬਕਾਇਦਾ ਉੱਥੇ ਬੋਲੀ ਸਾਹਿਬ ਦਾ ਨਿਰਮਾਣ ਕੀਤਾ ਸੰਗਤਾਂ ਉੱਥੋਂ ਦੀ ਜਲ ਛਕਦੀਆਂ ਸੀ ਸੋ ਇੱਦਾਂ ਗੁਰੂ ਘਰ ਨਾਲ ਤਾਂ ਸ਼ੁਰੂ ਤੋਂ ਹੀ ਜਿਹੜੇ ਰਾਜੇ ਉਹ ਜੁੜੇ ਰਹੇ ਨੇ ਕਿਉਂਕਿ ਨਾਭਾ ਪਟਿਆਲਾ ਤੇ ਜੀਂਦ ਇਹਨਾਂ ਤਿੰਨ ਰਿਆਸਤਾਂ ਨੂੰ ਵਰਦਾਨ ਮਿਲੇ ਆ ਕਲਗੀਧਰ ਮਹਾਰਾਜ ਤੋਂ ਰਾਮਾ ਤੇ ਤਲੋਕਾ ਉਹਨਾਂ ਤੋਂ ਅੱਗੇ ਸਾਰੀ ਅੰਸ ਬੰਸ ਉਹਨਾਂ ਦੀ ਰਾਜਿਆਂ ਦੀ ਚੱਲੀ ਹੈ ਕਿਉਂਕਿ ਇਹ ਜੀਂਦ ਔਰ ਕੈਥਲ ਦੀ ਧਰਤੀ ਤੇ ਹੀ ਕਵੀ ਸੰਤੋਖ ਸਿੰਘ ਜੀ ਹਾਂਜੀ ਬਿਲਕੁਲ ਉਹਨਾਂ ਨੇ ਸੂਰਜ ਪ੍ਰਕਾਸ਼ ਹਾਂਜੀ ਉਹ ਲਿਖਿਆ ਗ੍ਰੰਥ ਦੀ ਬੜੀ ਮਿਹਨਤ ਕੀਤੀ ਹੈ ਉਹਨਾਂ ਨੇ ਬਿਲਕੁਲ ਰਾਜੇ ਮਹਾਰਾਜੇ ਜਿਹੜੇ ਸਨ ਉਹ ਕਦਰਦਾਨ ਸਨ ਕਦਰਦਾਨ ਸਨ ਬਿਲਕੁਲ ਔਰ ਗੁਰੂ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਸਨ ਹਾਂਜੀ ਬਿਲਕੁਲ ਅੱਜ ਦੇ ਰਾਜਿਆਂ ਔਰ ਉਹਨਾਂ ਰਾਜਿਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਅੰਤਰ ਸੀ ਉਹ ਗੁਰੂ ਨੂੰ ਸਮਰਪਿਤ ਸੀ ਦਰਸ਼ਨ ਕਰਾ ਸਕੀ ਸੰਗਤਾਂ ਨੂੰ ਪੁਰਾਤਨ ਨਿਸ਼ਾਨੀਆਂ ਨੇ ਬਾਰੇ ਨੇ ਖੁੱਲੇ ਦਰਸ਼ਨ ਕਰਵਾ ਦੀ ਆਪ ਜੀ ਮੇਜਰ ਸਾਹਿਬ ਨੂੰ ਹਾਂਜੀ ਇਸ ਚੈਨਲ ਦੇ ਮਾਧਿਅਮ ਰਾਹੀਂ ਕੋਸ਼ਿਸ਼ ਕੀਤੀ ਜਾਵੇ ਕਿ ਵੀ ਸੰਗਤਾਂ ਨੂੰ ਇਹ ਆਪਾਂ ਦਰਸ਼ਨ ਕਰਵਾ ਸਕੀਏ ਜੀ ਹਾਂਜੀ ਇਹ ਹੈ ਜੀ ਇਤਿਹਾਸਕ ਸਥਾਨ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਇਹ ਭਾਈ ਸਾਹਿਬ ਹੈੱਡ ਗ੍ਰੰਥੀ ਸਾਹਿਬ ਨੇ ਜੀ ਹਾਂਜੀ ਇਹ ਹੈੱਡ ਗ੍ਰੰਥੀ ਸਾਹਿਬ ਨੇ ਜੀ ਹਾਂਜੀ ਭਾਈ ਸਾਹਿਬ ਤੁਸੀਂ ਇਹਨਾਂ ਦਾ ਕਰ ਰਹੇ ਹਾਂ ਜੀ ਇਹ ਆਪਣੇ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੇ ਜੀ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਅਤੇ ਭਾਈ ਸਾਹਿਬ ਤੁਹਾਡਾ ਨਾਂ ਜੀ ਹਰਜਿੰਦਰ ਸਿੰਘ ਭਾਈ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕਿੰਨੇ ਚਿਰ ਤੋਂ ਆਪ ਜੀ ਸੇਵਾ ਨਿਭਾ ਰਹੇ ਹੋ ਜੀ ਇੱਥੇ ਇਹ ਤਕਰੀਬਨ ਅਰਦਾਸ 8 ਕੁ ਸਾਲਾਂ ਤੋਂ ਉੱਦਾਂ ਤਾਂ 10 ਸਾਲ ਹੋ ਗਏ 8 ਕੁ ਸਾਲਾਂ ਤੋਂ ਤਕਰੀਬਨ ਇਸ ਸਥਾਨ 'ਤੇ ਸੇਵਾ ਨਿਭਾ ਰਹੇ ਠੀਕ ਹੈ ਬਹੁਤ ਅੱਛਾ ਜੀ ਬੜੇ ਉੱਚੇ ਭਾਗ ਨੇ ਤੁਹਾਡੇ ਲੋਕ ਹੁਣ ਡਾਕਟਰ ਸਾਹਿਬ ਨੇ ਡਾਕਟਰ ਮਨਿੰਦਰ ਸਿੰਘ ਜੀ ਹੁਣ ਆਪਾਂ ਨੂੰ ਦੱਸਣਗੇ ਲਓ ਭਾਈ ਸਾਹਿਬ ਜੀ ਸਾਰਾ ਆਪਾਂ ਨੂੰ ਸ਼ਸਤਰਾਂ ਤੋਂ ਜਾਣੂ ਕਰਵਾਉਂਗੇ ਹਾਂਜੀ ਭਾਈ ਸਾਹਿਬ ਪਹਿਲਾਂ ਇੱਧਰ ਕਵਰੇਜ ਕਰ ਲਓ ਇੱਧਰ ਹਾਂਜੀ ਇਹ ਨਜ਼ਾਰੇ ਦਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਜਿਸ ਪ੍ਰਕਾਰ ਪਹਿਲਾਂ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਕਿ ਇਸ ਪਾਵਨ ਸਥਾਨ ਦੇ ਉੱਤੇ 6 ਨਗਾਰੇ ਜੋ ਸਾਡੇ ਕੋਲ ਮੌਜੂਦ ਨੇ ਜੀ ਸਾਧ ਸੰਗਤ ਜੀ ਜਿਹੜੇ 6 ਨਗਾਰੇ ਨੇ ਉਹ ਇੱਥੇ ਮੌਜੂਦ ਨੇ 2 ਨਗਾਰੇ ਛੋਟੇ ਨੇ ਜੀ 2 ਨਗਾਰੇ ਦਰਮਿਆਨੇ ਨੇ ਇਹਨਾਂ ਨੂੰ ਦਰਮਿਆਨੇ ਕਰ ਲਿਆ ਗਿਆ ਉਹ 2 ਨਗਾਰੇ ਜਿਹੜੇ ਨੇ ਉਹ ਵੱਡੇ ਨੇ ਇਹਨਾਂ ਨਗਾਰਿਆਂ ਨੂੰ ਆਪ ਜੀ ਵੇਖ ਸਕਦੇ ਹੋ ਕਿ ਇਹਨਾਂ ਦੀ ਕਢਾਈ ਇਹ ਲੋਹੇ ਦਾ ਖੋਲ ਹੈ ਜੀ ਅੱਜ ਕੱਲ੍ਹ ਵਾਂਗੂ ਲੱਕੜ ਦੇ ਨਹੀਂ ਲੋਹੇ ਦੇ ਖੋਲ ਨੇ
ਉਸੇ ਪ੍ਰਕਾਰ ਦੀ ਪੁਰਾਤਨ ਖਲ ਹੈ, ਇਹਨਾਂ ਨੂੰ ਵਜਾਉਣ ਦਾ ਹੁਕਮ ਨਹੀਂ ਹੈ। ਹਾਂਜੀ, ਇਹਨਾਂ ਨੂੰ ਵਜਾਉਣ ਦਾ ਬਿਲਕੁਲ ਵੀ ਹੁਕਮ ਨਹੀਂ, ਕਿ ਕਿਉਂਕਿ ਮਹਾਰਾਜ ਦੇ ਸਮੇਂ ਵੱਜਦੇ ਹੁੰਦੇ ਸੀ। ਅਤੇ ਇਹ ਵੀ ਖਿਆਲ ਹੈ ਜੋ ਨਿਹੰਗ ਸਿੰਘਾਂ ਦੇ ਵਿੱਚ, ਕਿ ਜਦੋਂ 96 ਕਰੋੜ ਫੌਜਾਂ ਹੋਣਗੀਆਂ ਉਦੋਂ ਫਿਰ ਇਹ ਨਗਾਰੇ ਉਹ ਵੱਜਣਗੇ, ਜਿਵੇਂ ਮਹਾਰਾਜ ਆਪਣੀ ਬਾਣੀ ਵਿੱਚ ਕਹਿੰਦੇ ਫਲ ਭਾਗ ਪਿਆ ਹਰ ਸੰਭਲ ਗਿਆ ਹਰਜੂ ਹਰ ਮੰਦਰ ਆਵਾਂਗੇ, ਫਿਰ ਉਸ ਵੇਲੇ ਇਹ ਨਗਾਰੇ ਵੱਜਣਗੇ। ਇਹਨਾਂ ਨੂੰ ਛੁੱਤਰੀ ਨਗਾਰੇ ਕਿਹਾ ਜਾਂਦਾ, ਛੋਟੇ ਨਗਾਰੇ ਨੇ ਜਿਹੜੇ ਜਿਹੜੇ ਊਂਠਾਂ ਦੇ ਉੱਪਰ ਜਾਂ ਘੋੜਿਆਂ ਦੇ ਉੱਪਰ ਰੱਖ ਕੇ ਵਜਾਏ ਜਾਂਦੇ ਸੀ। ਜੋ ਛੁੱਤਰੀ ਨਗਾਰੇ ਨਾ, ਹਾਂਜੀ, ਜੋ ਕਵੀ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਜ਼ਿਕਰ, ਬਿਲਕੁਲ ਜੀ ਬਿਲਕੁਲ, ਛੁੱਤਰੀ ਨਗਾਰੇ, ਹਾਂਜੀ, ਇਹ ਉਹ ਨਗਾਰੇ ਨੇ ਜੀ। ਹਾਂਜੀ, ਇਹ ਨਗਾਰੇ ਨੇ ਜਿਹੜੇ ਦਰਮਿਆਨੇ ਨਗਾਰੇ, ਜੋ ਲੰਗਰਾਂ ਵੇਲੇ ਵਜਾਏ ਜਾਂਦੇ ਸੀ ਜੀ। ਜਦੋਂ ਲੰਗਰ ਤਿਆਰ ਹੋ ਜਾਂਦਾ ਸੀ ਫਿਰ ਨਗਾਰੇ ਤੋਂ ਚੋਭਾ ਮਾਰ ਕੇ ਕਹਿੰਦੇ, ਨੰਗਾ ਭੁੱਖਾ ਹੋਵੇ ਕੋਈ ਆਓ ਦੇਗ ਤਿਆਰ ਕਰੋ, ਜੀ ਭਾਈ ਦੇਗਾ ਕੜਾ ਪ੍ਰਸ਼ਾਦ ਲੰਗਰ ਉਹ ਤਿਆਰ ਹੋ ਗਿਆ ਅਤੇ ਆ ਕੇ ਛੱਕ ਸਕਦੇ ਹੋ। ਹਾਂਜੀ, ਅਤੇ ਇੱਥੇ ਆਓ ਅੱਗੇ ਆਪਦੀ ਵੇਖ ਸਕਦੇ ਹੋ, ਇਹ ਜਿਹੜੇ ਇਹ ਵੱਡੇ ਨਗਾਰੇ ਨੇ ਜੀ, ਇਹ ਦੋ ਨਗਾਰੇ ਸਾਡੇ ਕੋਲ, ਇਹ ਵੱਡੇ ਨੇ ਬਿਲਕੁਲ, ਇਹਨਾਂ ਦੀ ਕਢਾਈ ਵੇਖ ਸਕਦੇ ਹੋ ਕਿ ਉਸੇ ਪ੍ਰਕਾਰ ਪੁਰਾਤਨ ਅਤੇ ਬੜੀ ਬਰੀਕ ਜਿਹੀ ਕਢਾਈ ਹੈ। ਅੱਜ ਦੇ ਨਗਾਰਿਆਂ ਦੀ ਕਢਾਈ ਔਰ ਪੁਰਾਤਨ ਨਗਾਰਿਆਂ ਦੀ ਕਢਾਈ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੰਦਰ ਰਿਵਟਾਂ ਲੱਗੀਆਂ ਹੋਈਆਂ ਨੇ ਜੀ, ਇਹ ਦਰਸ਼ਨ ਹੋ ਸਕਦੇ ਨੇ ਤਾਂ ਵੇਖ ਸੰਗਤਾਂ ਵੇਖ ਸਕਦੀਆਂ, ਅਤੇ ਅੰਦਰ ਰਿਵਟਾਂ ਲੱਗੀਆਂ ਹੋਈਆਂ ਨੇ। ਹਾਂਜੀ, ਉਸੇ ਪ੍ਰਕਾਰ ਇਹ ਜਿਹੜੀ ਖਲ ਹੈ ਬਿਲਕੁਲ ਉਸੇ ਪ੍ਰਕਾਰ ਦੀ ਪੁਰਾਣੀ ਖਲ ਹੈ ਜੀ, ਮੋਟੀ ਖਲ ਹੈ। ਇਹ ਵੀ ਕਈ ਵਿਦਵਾਨ ਇਹ ਵੀ ਦੱਸਦੇ ਨੇ ਵੀ ਇਹਨਾਂ ਦੋਹਾਂ ਨਗਾਰਿਆਂ ਦੇ ਵਿੱਚੋਂ ਜਿਹੜਾ ਰਣਜੀਤ ਨਗਾਰਾ ਵੀ ਉਹ ਹੋ ਸਕਦਾ ਹੈ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੰਦਾਂ ਵਿੱਚੋਂ। ਹਾਂਜੀ ਜੀ ਬਿਲਕੁਲ ਜੀ ਬਿਲਕੁਲ, ਇਹ ਵੱਡੇ ਨਗਾਰੇ ਜੋ ਜੰਗ ਦੇ ਮੈਦਾਨ ਦੇ ਵਿੱਚ ਉਸ ਵੇਲੇ ਵਜਾਏ ਜਾਂਦੇ ਸੀ। ਜੰਗੇ ਮੈਦਾਨ ਵਿੱਚ ਇਹ ਵਜਾਏ, ਹਾਂਜੀ ਬਿਲਕੁਲ ਜੀ ਬਿਲਕੁਲ, ਧੌਂਸੇ ਕਿਹਾ ਜਾਂਦਾ, ਦਮਾਮੇ ਇਹਨਾਂ ਨੂੰ ਕਿਹਾ ਜਾਂਦਾ ਜੀ, ਇਹ ਉਦੋਂ ਵਜਾਏ ਜਾਂਦੇ ਸੀ। ਇੱਧਰ ਜੇ ਆਪਾਂ ਦਰਸ਼ਨ ਕਰੀਏ, ਜੋ ਕੰਧ ਦੇ ਉੱਤੇ ਜੋ ਸ਼ਸਤਰ ਉਹ ਲੱਗੇ ਹੋਏ ਨੇ, ਹਾਂਜੀ, ਇਹ ਜਿਹੜੀਆਂ ਤੇਗਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਪ੍ਰਯੋਗ ਕੀਤੀਆਂ ਹੋਈਆਂ ਨੇ ਜੀ। ਇਹ ਜਿਹੜੀਆਂ ਵੱਡੀਆਂ ਬੰਦੂਕਾਂ ਨੇ ਇਹਨਾਂ ਨੂੰ ਤੋੜੇਦਾਰ ਬੰਦੂਕ ਕਿਹਾ ਜਾਂਦਾ, ਨਲੀ ਵਾਲੀਆਂ। ਅੱਛਾ, ਤੋੜੇਦਾਰ, ਇਹ ਤੋੜੇਦਾਰ ਬੰਦੂਕਾਂ ਨੇ ਜੀ, ਇਹ ਵੱਡੀ ਨਲੀ ਵਾਲੀਆਂ, ਜਿਹੜੀਆਂ ਦੀ ਵੱਡੀ ਨਲੀ ਹੈ ਇਹਨਾਂ ਨੂੰ ਦੋ ਸਿੰਘ ਫੜ ਕੇ, ਇੱਕ ਨੇ ਮੋਢੇ ਉੱਤੇ ਖੜੇ ਹੋ ਜਾਣਾ, ਇੱਕ ਸਿੰਘ ਪਿੱਛੋਂ ਦੇ ਨਿਸ਼ਾਨਾ ਲੈ ਕੇ ਉਹ ਫਿਰ ਫਾਇਰ ਕਰਦਾ ਹੁੰਦਾ ਸੀ ਜੀ। ਹਾਂਜੀ, ਅਤੇ ਇਹ ਜਿਹੜੀਆਂ ਛੋਟੀਆਂ ਬੰਦੂਕਾਂ ਨੇ, ਇਸ ਸ਼ਸਤਰ ਦਾ ਨਾਮ ਹੈ ਜੀ ਥੱਬਰ। ਥੱਬਰ, ਹਾਂਜੀ, ਇਹ ਪੂਰਾ ਸਿਰ ਤੋਂ ਲੈ ਕੇ ਮਤਲਬ ਥੱਲੇ ਤੱਕ ਉੱਪਰੋਂ ਦੇ ਨੀਚੇ ਤੱਕ ਇਹ ਲੋਹੇ ਦਾ ਬਣਿਆ, ਸਰਵ ਲੋਹ ਦਾ, ਤਿੰਨ ਪਾਸੇ ਮਾਰ ਕਰਦਾ ਜੀ, ਇੱਕ ਦੋ ਤੇ ਉੱਪਰ ਬਰਛੀ ਲੱਗੀ ਹੋਈ ਹੈ ਜੀ, ਇਹ ਪੂਰਾ ਲੋਹੇ ਦਾ, ਲੱਕੜ ਦਾ ਪ੍ਰਯੋਗ ਨਹੀਂ ਹੋਇਆ ਪਿਆ ਇਹਦੇ ਵਿੱਚ, ਅਤੇ ਇੰਨਾ ਭਾਰੀ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਦੋ ਹੱਥਾਂ ਨਾਲ ਵੀ ਇਸ ਸ਼ਸਤਰ ਨੂੰ ਚੱਕਣਾ ਮੁਸ਼ਕਲ ਹੈ, ਅਤੇ ਮਹਾਂਪੁਰਖ ਇੱਕ ਹੱਥ ਨਾਲ ਨੂੰ ਫੜ ਕੇ ਚਲਾਇਆ ਕਰਦੇ ਸੀ। ਉੱਪਰ ਜੋ ਆਪ ਜੀ ਵੇਖ ਰਹੇ ਹੋ ਇਹਨੂੰ ਗੱਜਗਾ ਵੀ ਕਿਹਾ ਜਾਂਦਾ, ਚੰਨ ਤੋੜਾ ਵੀ ਕਿਹਾ ਜਾਂਦਾ, ਜੋ ਮਹਾਂਪੁਰਖ ਆਪਣੇ ਦਮਾਲੇ ਦੇ ਉੱਤੇ ਸਜਾਇਆ ਕਰਦੇ ਸੀ। ਨਹੀਂ ਸਿੰਘ ਅਕਸਰ ਜਿਹੜੇ, ਬਿਲਕੁਲ ਜੀ ਬਿਲਕੁਲ, ਅਤੇ ਇੱਥੋਂ ਆਪਾਂ ਨੂੰ ਪਤਾ ਲੱਗ ਜਗਦਾ ਕਿ ਜੇ ਚੰਨ ਤੋੜਾ ਇੰਨਾ ਵੱਡਾ ਹੈ ਤਾਂ ਮਹਾਂਪੁਰਖਾਂ ਦਾ ਦਮਾਲਾ ਕਿਤਨਾ ਵੱਡਾ ਹੋਵੇਗਾ। ਹਾਂਜੀ, ਕਿਉਂਕਿ ਉਹ ਨਿਹੰਗ ਸਿੰਘ ਸਨ, ਅਤੇ ਰਹਿਤਨਾਮੇ ਦੇ ਬਚਨ ਨੇ, ਉੱਚਾ ਬੁੰਗਾ ਜੋਸਜ ਨਾਮ ਨਿਹੰਗ ਸੁਜਾਨ। ਹਾਂਜੀ, ਅਤੇ ਜਿਹੜੀਆਂ ਇਹ ਤੁਸੀਂ ਬੰਦੂਕਾਂ ਦੇ ਦਰਸ਼ਨ ਕਰ ਰਹੇ ਹੋ, ਇਹਨਾਂ ਦੇ ਉੱਤੇ ਅੰਗਰੇਜ਼ੀ ਮੋਹਰਾਂ ਨੇ। ਅੱਛਾ, ਆਹ ਵੇਖੋ ਇਹ ਅੰਗਰੇਜ਼ੀ ਮੋਹਰਾਂ ਨੇ ਜੀ, ਵਿਲਸਨ ਇੱਥੇ ਲਿਖਿਆ ਹੋਇਆ, ਕਿਉਂਕਿ ਕਲਗੀਧਰ ਮਹਾਰਾਜ ਜੀ ਤੋਂ ਵੀ ਪਹਿਲਾਂ ਅੰਗਰੇਜ਼ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਆ ਚੁੱਕੇ ਸੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੰਦੇੜ ਦੀ ਧਰਤੀ ਦੇ ਉੱਤੇ ਮਹਾਰਾਜ ਦੇ ਵਾਰ ਹੋਇਆ ਖੰਜਰ ਦਾ, ਉਸ ਵੇਲੇ ਬਹਾਦਰ ਸ਼ਾਹ ਨੇ ਆਪਣੇ ਅੰਗਰੇਜ਼ ਡਾਕਟਰ ਉਹ ਭੇਜੇ ਸੀਗੇ ਜਿਹਨਾਂ ਨੇ ਸਤਿਗੁਰੂ ਮਹਾਰਾਜ ਜੀ ਦਾ ਇਲਾਜ ਵੀ ਕੀਤਾ, ਅਤੇ ਇਹ ਉਸ ਵੇਲੇ ਦੀਆਂ ਜਿਹੜੀਆਂ ਬੰਦੂਕਾਂ ਨੇ, ਅੱਜ ਵੀ ਇਹ ਬੰਦੂਕਾਂ ਜਿਹੜੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ। ਅੱਛਾ, ਹਾਂਜੀ, ਅੱਜ ਵੀ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ, ਇਹਨਾਂ ਨੂੰ ਫੜ ਕੇ
ਚਲਾਇਆ ਜਾਂਦਾ। ਅੱਗੋਂ ਗੋਲੀ ਪੈਂਦੀ ਹੈ ਜੀ, ਇਹ ਗੱਜ ਹੁੰਦਾ ਜੀ, ਗੱਜ ਦੇ ਨਾਲ ਗੋਲੀ ਠੋਕੀ ਜਾਂਦੀ ਆ, ਪਲੀਤਾ ਦਿਖਾਇਆ ਜਾਂਦਾ ਅਤੇ ਹੱਥ ਲਾਈ ਜਾਂਦੀ। ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਫਲਿੰਟ ਲੋਕ ਪਿਸਟਲ ਵੀ ਕਿਹਾ ਜਾਂਦਾ। ਦੁਬਾਰਾ ਫਿਰ ਦੱਸੋ ਕੀ ਕਿਹਾ ਜਾਂਦਾ ਅੰਗਰੇਜ਼ੀ 'ਚ? ਅੰਗਰੇਜ਼ੀ ਵਿੱਚ ਫਲਿੰਟ ਲੋਕ ਪਿਸਟਲ। ਹਾਂਜੀ, ਅਤੇ ਮਹਾਰਾਜ ਦਾ ਸ਼ਸਤਰਾਂ ਨਾਲ ਤਾਂ ਇੰਨਾ ਪਿਆਰ ਵੀ ਜਿਹੜੀ ਆ ਤੁਸੀਂ ਬੰਦੂਕ ਦੇ ਦਰਸ਼ਨ ਕਰ ਰਹੇ ਹੋ, ਇਸ ਬੰਦੂਕ ਦੀ ਖਾਸੀਅਤ ਹੈ ਕਿ ਇਹਦੇ ਵਿੱਚ ਮੀਨਾਕਾਰੀ ਹੋਈ ਪਈ ਹੈ, ਜੜਤ ਕੀਤੀ ਹੈ ਹਾਥੀ ਦੰਦ ਦੀ। ਹਾਥੀ ਦੰਦ? ਹਾਂ ਜੀ, ਹਾਥੀ ਦੰਦ ਦੀ ਪੂਰੀ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਆ ਦੇਖ ਲੈ ਸਕਦੇ ਇਹ ਜਿਹੜੇ ਹਾਥੀ ਦੇ ਜਿਹੜੇ ਦੰਦ ਦੇ ਨਗ ਉਹ ਜਿਹੜੇ ਹੋਏ, ਇੱਕ ਨਗ ਨਿਕਲਿਆ ਹੋਇਆ ਆ ਦੇਖੋ ਜੀ, ਬੜੀ ਸੋਹਣੀ ਇਹਦੇ ਵਿੱਚ ਇਹ ਮੀਨਾਕਾਰੀ ਕੀਤੀ ਹੋਈ ਆ। ਇਹ ਤੋਂ ਪਤਾ ਲੱਗਦਾ ਮਹਾਰਾਜ ਦਾ ਕਿੰਨਾ ਪਿਆਰ ਹੋਵੇਗਾ ਸ਼ਸਤਰਾਂ ਦੇ ਨਾਲ। ਹਾਂਜੀ, ਇਹ ਵੱਡੀ ਨਲੀ ਵਾਲੀ, ਇਹ ਸਾਰੇ ਸ਼ਸਤਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਨੂੰ ਉਹਨਾਂ ਨੂੰ ਭੇਟ ਕੀਤੇ ਸੀ। ਇਸੇ ਪ੍ਰਕਾਰ ਹੋਰ ਵੀ ਜੋ ਸ਼ਸਤਰ ਨੇ ਇਸ ਪਾਵਨ ਸਥਾਨ ਵਿੱਚ, ਹੁਣ ਸਾਧ ਸੰਗਤ ਜੀ ਜਿਹੜੇ ਕੁਝ ਕੁ ਸ਼ਸਤਰਾਂ ਦੇ ਆਪਾਂ ਦਰਸ਼ਨ ਕਰਨ ਲੱਗੇ, ਸ਼ਸਤਰ ਬੜੀ ਘੱਟ ਕਹਿ ਲਓ ਮਾਤਰਾ ਦੇ ਵਿੱਚ ਉਹ ਦਿਖਾਈ ਦਿੰਦੇ ਨੇ। ਜਿਵੇਂ ਕਿ ਇੱਕ ਸ਼ਸਤਰ ਹੈ ਜੀ, ਇਹ ਸ਼ਸਤਰ ਦਾ ਨਾਮ ਕੁਹਾੜੀ ਆ, ਆਮ ਤੌਰ 'ਤੇ ਸਭ ਕੁਝ ਹੁੰਦਾ, ਪਰ ਇਹਦੀ ਖਾਸੀਅਤ ਇਹ ਹੈ ਕਿ ਇਹ ਸ਼ਸਤਰ ਬੰਦੂਕ ਵੀ ਹੈ ਜੀ। ਅੱਛਾ। ਹਾਂਜੀ, ਅੱਗੇ ਨਲੀ ਹੈ ਜੀ, ਗੋਲੀ ਪੈਂਦੀ ਹੈ, ਪਿੱਛੋਂ ਪਲੀਤਾ ਦਿਖਾਇਆ ਜਾਂਦਾ, ਫਿਰ ਵਾਰ ਕੀਤਾ ਜਾਂਦਾ ਜੀ। ਹਾਂਜੀ, ਇਹ ਨਾਯਾਬ ਸ਼ਸਤਰ ਹੈ ਜੀ, ਕਢਾਈ ਬੜੀ ਸੋਹਣੀ ਕੀਤੀ ਹੋਈ ਹੈ ਜੀ। ਦੁਬਾਰਾ ਵੇਖ ਸਕਦੇ ਹਾਂ ਕਿ ਅੱਗੇ ਨਲੀ ਹੈ ਜੀ, ਇੱਧਰੋਂ ਬਰੂਦ ਪਲੀਤਾ ਦਿਖਾ ਕੇ ਅਤੇ ਫਿਰ ਵਾਰ ਕੀਤਾ ਜਾਂਦਾ, ਜਦੋਂ ਦੁਸ਼ਮਣ ਨੇੜੇ ਆਵੇ ਫਿਰ ਕੁਹਾੜੀ ਦੇ ਨਾਲ ਉਹਦਾ ਸਾਹਮਣਾ ਕੀਤਾ ਜਾਂਦਾ ਜੀ। ਹਾਂ, ਇਹ ਧੰਨ ਬਾਬਾ ਅਜਾਪਾਲ ਸਿੰਘ ਸਾਹਿਬ ਜੀ ਦੇ ਘਰ ਕਮਲਾਂ ਦੇ ਇਹ ਸ਼ਸਤਰ ਨੇ ਜੀ, ਬੜੇ ਨਾਯਾਬ। ਇਹ ਇੱਕ ਸ਼ਸਤਰ ਹੈ ਮਹਾਂਪੁਰਖਾਂ ਦੇ ਕਮਰ ਕੱਸੇ ਦਾ, ਜਿਹਨੂੰ ਬੋਲਿਆ ਜਾਂਦਾ ਕਾਤੀ। ਮਹਾਰਾਜ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ, ਕਾਕੜ ਦੰਗ ਕਾਤੀ ਕਟਾਰੀ ਕੜਾਕੰ, ਝਾਕੜ ਦੰਗ ਤੀਰੰ ਤੁਕੰ ਤੜਾਕੰ, ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਕਾਤੀ ਹੈ ਜੀ, ਇੰਨਾ ਹਲਕਾ ਸ਼ਸਤਰ ਹੈ ਕਿ 10 ਦਿਨ ਵੀ ਘੁਮਾਈ ਜਾਈਏ ਤੇ ਬੰਦਾ ਥੱਕਦਾ ਨਹੀਂ ਹੈ, ਬੜਾ ਲਾਈਟ ਵੇਟ ਹਲਕਾ ਸ਼ਸਤਰ ਹੈ। ਇਹਨੂੰ ਭਾਈ ਸਾਹਿਬ ਦੁਬਾਰਾ ਦੱਸਿਓ ਕੀ ਕਿਹਾ ਜਾਂਦਾ? ਇਹਨੂੰ ਕਾਤੀ ਕਿਹਾ ਜਾਂਦਾ ਜੀ। ਕਾਤੀ? ਹਾਂਜੀ, ਕਾਤੀ। ਕਾਤੀ ਤੋਂ ਭਾਵ ਕੈਂਚੀ ਵੀ ਹੈ, ਤਲਵਾਰ ਵੀ, ਕੱਟਣ ਵਾਲੀ, ਉਹਨੂੰ ਕਾਤੀ ਕਿਹਾ ਜਾਂਦਾ। ਇਹ ਜੋ ਨਿਹੰਗ ਸਿੰਘਾਂ ਦੀ ਸਭ ਤੋਂ ਜੋ ਕਹਿ ਲਓ ਵੀ ਪਸੰਦੀਦਾ ਜਿਹੜਾ ਹਥਿਆਰ, ਇਹਨੂੰ ਚੱਕਰ ਬੋਲਿਆ ਜਾਂਦਾ ਜੀ। ਚੱਕਰ? ਹਾਂਜੀ, ਨਿਹੰਗ ਸਿੰਘ ਇਹ ਦਮਾਲੇ ਦੇ ਉੱਤੇ ਵੀ ਸਜਾਉਂਦੇ ਨੇ, ਗਲੇ ਦੇ ਵਿੱਚ ਵੀ ਧਾਰਨ ਕਰਦੇ, ਮੋਢਿਆਂ ਦੇ ਉੱਤੇ ਵੀ ਰੱਖਦੇ ਨੇ। ਹਾਂਜੀ, ਇਹਦੇ ਆਲੇ ਦੁਆਲੇ ਧਾਰ ਲੱਗੀ ਹੋਈ ਹੈ ਜੀ, ਚੱਕਰਾਂ ਦੇ ਧਾਰ ਲੱਗੀ ਹੁੰਦੀ ਸੀ, ਦੁਸ਼ਮਣ ਦੂਰੋਂ ਦੀ ਆਵੇ ਅਤੇ ਆਪਣੇ ਦਮਾਲੇ ਦੇ ਵਿੱਚੋਂ ਇੱਕਦਮ ਚੱਕਰ ਕੱਢ ਕੇ ਭਗਾ ਕੇ ਮਾਰ ਕੇ ਅੱਖ ਨੱਕ ਉਹ ਦੁਸ਼ਮਣ ਦੀ ਕੱਟ ਦਿੱਤੀ ਜਾਂਦੀ ਸੀ। ਹਾਂਜੀ, ਇਹਨਾਂ ਨੂੰ ਚੱਕਰ ਬੋਲਿਆ ਜਾਂਦਾ। ਇਹਦੇ ਨਾਲ ਦਮਾਲੇ ਦੀ ਵੀ ਸੇਫਟੀ ਹੁੰਦੀ, ਜੰਗ ਦੇ ਵਿੱਚ ਜਦੋਂ ਤਲਵਾਰ ਦਾ ਫੱਟ ਲੱਗਦਾ ਅਤੇ ਦਮਾਲੇ ਤੋਂ ਸਿਰ ਤੋਂ ਬਚਾਅ ਹੋ ਜਾਂਦੇ। ਇਸੇ ਪ੍ਰਕਾਰ ਹੋਰ ਵੀ ਜੋ ਇਸ ਪਾਵਨ ਸਥਾਨ ਵਿਖੇ ਸ਼ਸਤਰ ਨੇ, ਇਹ ਜੋ ਆਪ ਜੀ ਲੋਹੇ ਦੀਆਂ ਪਲੇਟਾਂ ਵੇਖ ਰਹੇ ਹੋ, ਇਹਨਾਂ ਨੂੰ ਬੋਲਿਆ ਜਾਂਦਾ ਜ਼ਰਾ ਬਖਤਰ। ਜ਼ਰਾ ਬਖਤਰ। ਹਾਂਜੀ, ਇਹ ਛਾਤੀ ਦੇ ਸੰਜੋਗ ਪਹਿਨ ਕੇ ਲੋਹੇ ਦੀ, ਫਿਰ ਛਾਤੀ ਦੇ ਉੱਤੇ ਇਹ ਪਲੇਟਾਂ ਇਹ ਰੱਖ ਦਿੱਤੀਆਂ ਜਾਂ, ਤਾਂ ਕਿ ਸਾਹਮਣੇ ਤੋਂ ਕਟਾਰ ਤੀਰ ਗੋਲੀ ਤਲਵਾਰ ਦਾ ਵਾਰ ਆ ਨਾ ਹੋਵੇ। ਇਹ ਦੇਖ ਸਕਦੇ ਜਿਹੜੀ ਇਹ ਸ਼ੇਪ ਬਣੀ ਹੈ, ਇਹ ਗਲੇ ਦੇ ਉੱਤੇ ਇੱਦਾਂ ਪਾਉਣ ਵਾਲੀ,
ਚੋਏ ਨੇ ਇਹਨਾਂ ਵਿੱਚ ਸੰਗਲਾਂ ਲੱਗ ਜਾਂਦੀਆਂ ਨੇ ਅਤੇ ਬੰਨਿਆ ਜਾਂਦਾ ਹੈ ਜੀ। ਦੇਖੋ ਆ ਹੁਣ ਜਿਹੜੇ ਨਵੀਂ ਟੈਕਨੀਕ ਆਈ ਆ ਉਹ ਬੁਲਟ ਪਰੂਫ ਜਾਕਟ, ਹਾਂਜੀ, ਮਾਰੇ ਲੱਗਦੇ ਸੈਂਕੜੇ ਸੈਂਕੜੇ ਸਾਲ ਪਹਿਲਾਂ ਜੀ। ਉਸ ਵੇਲੇ ਦੀ ਜਿਹੜੀ ਗੋਲੀ, ਉਸ ਵੇਲੇ ਦਾ ਤੀਰ ਇਹਨਾਂ ਦੇ ਵਿੱਚੋਂ ਨਹੀਂ ਸੀ ਲੰਘਦਾ, ਤਾਂ ਵਜਨ ਦੇ ਵਿੱਚ ਬੜੀਆਂ ਭਾਰੀਆਂ ਨੇ ਜੀ। ਇਹਨਾਂ ਨੂੰ ਬੋਲਿਆ ਜਾਂਦਾ ਜ਼ਰਾ ਬਖਤਰ, ਜ਼ਰਾ ਬਖਤਰ। ਹਾਂਜੀ, ਇਸੇ ਪ੍ਰਕਾਰ ਇਹ ਮਹਾਂਪੁਰਖਾਂ ਦਾ ਡੋਲ ਹੈ ਜੀ। ਸਾਹਮਣੇ ਆਪ ਜੀ ਖੂਹ ਦੇ ਦਰਸ਼ਨ ਕਰ ਸਕਦੇ, ਉਸ ਖੂਹ ਦੇ ਵਿੱਚੋਂ ਮਹਾਂਪੁਰਖ ਆਪਣੇ ਸਮੇਂ ਦੇ ਵਿੱਚ ਇਸੇ ਡੋਲ ਦੇ ਨਾਲ ਜਲ ਕੱਢ ਕੇ ਉਹ ਜਲ ਦਾ ਪ੍ਰਯੋਗ ਕਰਿਆ ਕਰਦੇ ਸੀ। ਬਾਬਾ ਅਜਾਪਾਲ ਸਿੰਘ ਜੀ, ਬਾਬਾ ਅਜਾਪਾਲ ਸਿੰਘ ਸਰ, ਇਹ ਵੀ ਸਰਵਲੋਦ ਹੈ ਜੀ। ਹਾਂਜੀ, ਸਰਵਲੋਦ ਹੈ ਜੀ। ਸਮੇਂ ਦੇ ਨਾਲ ਥੋੜ੍ਹਾ ਜਿਹਾ ਜੰਗਾਲ ਲੱਗਣ ਨਾਲ ਖੁੱਲ ਗਿਆ। ਮਹਾਂਪੁਰਖਾਂ ਦਾ ਸਭ ਤੋਂ ਨਾਯਾਬ ਇਹ ਸ਼ਸਤਰ ਹੈ ਜੀ। ਇਹਨੂੰ ਬੋਲਿਆ ਜਾਂਦਾ ਵੈਸੇ ਤਾਂ ਬੈਰਾਗਣ, ਆਮ ਤੌਰ 'ਤੇ ਸਾਧੂਆਂ ਦੇ ਕੋਲ ਇਹ ਹੁੰਦਾ ਜੀ। ਜਦੋਂ ਭਗਤੀ ਕੀਤੀ ਜਾਂਦੀ ਉਸ ਵੇਲੇ ਇਸ ਬੈਰਾਗਣ ਦੇ ਉੱਪਰ ਹੱਥ ਰੱਖਿਆ ਜਾਂਦਾ ਜੀ, ਫਿਰ ਭਗਤੀ ਕਰਦੇ ਹਾਂ। ਸ਼ੇਰ ਦਾ ਮੂੰਹ ਬਣਿਆ ਹੋਇਆ, ਬੜੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ, ਸਰਵਲੋਦ ਹੈ ਜੀ। ਪਰ ਭਗਤੀ ਕਰਦਿਆਂ ਨੂੰ ਜਦੋਂ ਕੋਈ ਸਾਹਮਣੇ ਤੋਂ ਦੁਸ਼ਮਣ ਇਕਦਮ ਚੜ੍ਹ ਕੇ ਆ ਜਾਵੇ, ਸ਼ਸਤਰ ਕੋਈ ਨਾ ਹੋਵੇ, ਫਿਰ ਇਹ ਭਗਤੀ ਸ਼ਕਤੀ ਦੇ ਵਿੱਚ ਇਹ ਬਦਲ ਜਾਂਦੀ ਹੈ ਇੱਕਦਮ, ਫਿਰ ਵਿੱਚੋਂ ਇਹ ਸ਼ਕਤੀ ਨਿਕਲ ਆਉਂਦੀ ਹੈ। ਹਾਂਜੀ, ਇਹਨੂੰ ਗੁਪਤੀ ਬੋਲਿਆ ਜਾਂਦਾ ਜੀ। ਗੁਪਤੀ, ਗੁਪਤੀ ਜਿਹੜਾ ਗੁਪਤ ਸ਼ਸਤਰ ਹੋਵੇ। ਹਾਂਜੀ, ਜਦੋਂ ਭਗਤੀ ਕਰਦਿਆਂ ਨੂੰ ਨਾ ਕੋਈ ਮਾਲਾ ਜਪਣ ਦੇਵੇ, ਮਾਲਾ ਫੇਰਨ ਦੇਵੇ, ਫਿਰ ਸ਼ਕਤੀ ਦੇ ਨਾਲ ਫਿਰ ਇਹ ਪ੍ਰਯੋਗ ਕੀਤਾ ਜਾਂਦਾ ਜੀ। ਇਹ ਵੀ ਬਾਬਾ ਅਜਾਪਾਲ ਸਿੰਘ, ਇਹ ਧੰਨ ਬਾਬਾ ਅਜਾਪਾਲ ਸਿੰਘ ਜੀ। ਇਹਨੂੰ ਬੈਰਾਗਣ ਬੋਲਿਆ ਜਾਂਦਾ ਅਤੇ ਗੁਪਤੀ ਵੀ ਬੋਲਿਆ ਜਾਂਦਾ, ਬੈਰਾਗਣ ਅਤੇ ਗੁਪਤੀ। ਗੁਪਤੀ, ਹਾਂਜੀ, ਕਿਉਂਕਿ ਇਹ ਗੁਪਤ ਸ਼ਸਤਰ ਹੈ ਜੀ। ਹਾਂਜੀ, ਇਹ ਵੀ ਨਾਯਾਬ ਹੈ ਜੀ। ਦੁਨੀਆਂ ਦੇ ਵਿੱਚ ਸ਼ਾਇਦ ਹੀ ਕਿਤੇ ਹੋਰ ਇਹ ਸ਼ਸਤਰ ਹੋਵੇਗਾ ਜੀ। ਬਿਲਕੁਲ, ਇਹ ਧੰਨ ਬਾਬਾ ਅਜਾਪਾਲ ਸਿੰਘ ਮਹਾਂਪੁਰਖ ਗੁਰੂ ਘਰ ਦੇ ਨਗਾਰ ਜੀ ਸਿੰਘ, ਇਹ ਉਹਨਾਂ ਦਾ ਜੋ ਕੰਘਾ ਹੈ ਜੀ, ਰਹਿਤਨਾਮਿਆਂ ਦੇ ਬਚਨ, ਕੰਘਾ ਦੋਨੋਂ ਵਕਤ ਕਰ, ਪਾਗ ਚੁਨਾ ਕਰ ਬੰਧ ਹੀ, ਦਾਤਨ ਨੀਤ ਕਰੇ ਨਾ ਦੁੱਖ ਪਾਵੈ ਲਾਲ ਜੀ। ਹਾਂਜੀ, ਇਹ ਮਹਾਂਪੁਰਖਾਂ ਦਾ ਇੱਕ ਕੰਘਾ ਜੀ। ਅਤੇ ਇੱਧਰ ਤੁਸੀਂ ਦਰਸ਼ਨ ਕਰ ਸਕਦੇ ਹੋ, ਕਿੰਨੀਆਂ ਹੀ ਸ੍ਰੀ ਸਾਹਿਬਾਂ ਤਲਵਾਰਾਂ ਉਹ ਇੱਥੇ ਸਜੀਆਂ ਹੋਈਆਂ ਨੇ। ਅਤੇ ਜੇ ਐਵੇਂ ਤਲਵਾਰਾਂ ਜਿਨ੍ਹਾਂ ਦੇ ਉੱਤੇ ਸੋਨੇ ਦੀ ਨਕਾਸ਼ੀ ਕੀਤੀ ਆ, ਮੁੱਠਿਆਂ ਦੇ ਉੱਤੇ ਆਪ ਜੀ ਵੇਖ ਸਕਦੇ ਹੋ, ਇਹ ਸੋਨੇ ਦੀ ਨਕਾਸ਼ੀ ਕੀਤੀ, ਸੋਨੇ ਦਾ ਕੰਮ ਕਹਿ ਲਓ ਕਿ ਉਹ ਕੀਤਾ ਹੋਇਆ। ਜੋ ਉੱਧਰ ਕਟਾਰਾਂ ਸੁਸ਼ੋਭਿਤ ਨੇ, ਬਿਆੰਤੀ ਕਟਾਰਾਂ ਨੇ ਜੀ। ਹਾਂਜੀ, ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਾਣੀ ਨਾਲ ਵੀ ਪਿਆਰ ਹੁੰਦਾ, ਅਤੇ ਸ਼ਸਤਰਾਂ ਦੇ ਉੱਤੇ ਜੋ ਬਾਣੀ ਉਕਰੀ ਹੋਈ ਹੈ ਇਸ ਕਟਾਰ ਦੇ ਉੱਤੇ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤਜ ਨਾਨਕ ਉਹ ਗੁਰੂ ਗੋਬਿੰਦ ਸਿੰਘ, ਅਤੇ ਪੜ੍ਹ ਵੀ ਸਕਦੇ ਹਾਂ ਜੀ ਇਹ ਇਸ ਪਾਸੇ। ਇਹ ਬਾਰਤ ਉਕਰੀ ਹੋਈ ਹੈ ਜੀ। ਇਹ ਬਾਰਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਆਏ ਅਤੇ ਉਹਨਾਂ ਨੇ ਇਹ ਜਦੋਂ ਆਪਣੇ ਸਿੱਕੇ ਚਲਾਏ ਉਸ ਵੇਲੇ ਇਹ ਬਾਰਤ ਲਿਖੀ ਜੀ। ਉਸ ਵੇਲੇ ਲਿਖੀ, ਹਾਂਜੀ। ਇਹ ਵੀ ਮੰਨਿਆ ਜਾਂਦਾ ਵੀ ਜਦੋਂ ਬਾਬਾ ਬੰਦਾ ਸਿੰਘ ਸਰਹੰਦ ਫਤਿਹ ਕੀਤੀ, ਫਿਰ ਸਿੰਘ ਜਦੋਂ ਇੱਧਰ ਨੂੰ ਆਏ ਜਾਂ ਉਹਨਾਂ ਤੋਂ ਬਾਅਦ ਫਿਰ ਕਿਤੇ ਇਹ ਸ਼ਸਤਰ ਬਾਅਦ ਦੇ ਵਿੱਚ ਵੀ ਕੁਝ ਕੁ ਭੇਟਾ ਹੋਏ ਨੇ, ਜੋ ਇਹ ਬਾਰਤ ਲਿਖੀ ਹੋਈ ਹੈ ਜੀ।
ਵੀ ਸ਼ਸਤਰ ਦੇ ਉੱਪਰ ਵੀ ਗੁਰੂ ਪਾਤਸ਼ਾਹ ਮਹਾਰਾਜ ਦਾ ਨਾਮ, ਤਾਂ ਕਿ ਜਿਹੜੇ ਸ਼ਸਤਰ ਨੇ ਉਹ ਸਤਿਗੁਰਾਂ ਦੇ ਭੈ ਦੇ ਵਿੱਚ ਚਲਾਏ ਜਾਣ। ਤਲਵਾਰ ਤਾਂ ਔਰੰਗਜ਼ੇਬ ਦੇ ਕੋਲ ਵੀ ਹੈ ਅਤੇ ਤਲਵਾਰ ਕਲਗੀਧਰ ਮਹਾਰਾਜ ਦੇ ਕੋਲ ਵੀ, ਫਰਕ ਇਹ ਆ ਉਹ ਤਲਵਾਰ ਜ਼ੁਲਮ ਜ਼ਾਲਮ ਵਾਸਤੇ ਜ਼ੁਲਮਾਂ ਵਾਸਤੇ ਹੁੰਦੀ ਹੈ, ਅਤੇ ਇਹ ਮਹਾਰਾਜ ਕੋਲ ਜਿਹੜੀ ਤਲਵਾਰ ਹੈ ਉਹ ਜ਼ੁਲਮ ਦਾ ਟਾਕਰਾ ਕਰਨ ਵਾਸਤੇ, ਖਤਮ ਕਰਨ ਵਾਸਤੇ। ਬਿਲਕੁਲ ਹਾਂਜੀ। ਸਤਿ ਸੰਗਤ ਜੀ, ਜਿਹੜੇ ਸ਼ਸਤਰ ਦੇ ਹੁਣ ਆਪਾਂ ਦਰਸ਼ਨ ਕਰਨ ਲੱਗੇ ਹਾਂ, ਇਹ ਸ਼ਸਤਰ ਇਹਨਾਂ ਸਾਰੇ ਸ਼ਸਤਰਾਂ ਵਿੱਚੋਂ ਸਭ ਤੋਂ ਨਾਯਾਬ ਹੈ। ਹਾਂਜੀ, ਇਹ ਸ਼ਸਤਰ ਸੁਨਹਿਰੀ ਸ਼ਸਤਰ ਹੈ। ਇਹ ਸ਼ਸਤਰ ਉਹ ਹੈ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਗੁਲ ਖਾਂ ਨੇ ਵਾਰ ਕੀਤਾ ਸੀ ਨੰਦੇੜ ਦੀ ਧਰਤੀ ਦੇ ਉੱਤੇ, ਅਤੇ ਉਹ ਸ਼ਸਤਰ ਹੈ। ਅਤੇ ਇਹਦਾ ਜਿਹੜਾ ਰੈਫਰੈਂਸ ਹੈ, ਆਪਾਂ ਕਹਿੰਦੇ ਇਹਦਾ ਸਬੂਤ ਕੀ ਆ, ਪਟਿਆਲਾ ਘਰਾਣੇ ਦੇ ਇੱਕ ਧੰਨਾ ਸਿੰਘ ਜੀ ਹੋਏ ਨੇ, ਜਿਨ੍ਹਾਂ ਨੇ 1932 ਦੇ ਵਿੱਚ ਇੱਕ ਕਿਤਾਬ ਲਿਖੀ ਮੇਰੀ ਸਾਈਕਲ ਯਾਤਰਾ। ਉਹ ਜਦੋਂ 1932 ਦੇ ਵਿੱਚ ਇੱਥੇ ਆਏ, ਉਹਨਾਂ ਨੇ ਫਿਰ ਇਸ ਗੱਲ ਦਾ ਜ਼ਿਕਰ ਇਹ ਲਿਖਿਆ ਕਿ ਉਹ ਸ਼ਸਤਰ ਹੈ ਜੋ ਗੁਲ ਖਾਂ ਨੇ ਕਲਗੀਧਰ ਮਹਾਰਾਜ ਦੇ ਵਾਰ ਕੀਤਾ ਸੀ। ਇਹ ਸ਼ਸਤਰ ਦੇ ਦਰਸ਼ਨ ਕਰੋ ਜੀ, ਇਹ ਉਹ ਨਾਯਾਬ ਸ਼ਸਤਰ, ਸੋਨੇ ਦੀ ਕਢਾਈ ਕੀਤੀ ਹੋਈ ਹੈ ਜੀ ਸਾਰੇ ਪਾਸੇ, ਇਹ ਸੋਨੇ ਦਾ ਕੰਮ ਹੈ ਜੀ ਸਿਰੇ ਤੋਂ ਸਿਰੇ ਤੱਕ। ਇੱਧਰ ਵੀ ਸੋਨਾ ਲੱਗਿਆ, ਇਹ ਉਹ ਨਾਯਾਬ ਸ਼ਸਤਰ ਜੀ। ਬਾਕੀ ਜੋ ਤੁਸੀਂ ਕਿਹਾ ਵੀ ਜਿੰਨੇ ਸ਼ਸਤਰ ਇੱਥੇ ਨੇ ਪੰਜਾਬ ਦੀ ਧਰਤੀ 'ਤੇ ਹੋਰ ਕਿਸੇ ਅਸਥਾਨ 'ਤੇ ਨਹੀਂ ਹੁੰਦੇ। ਭਾਈ ਸਾਹਿਬ ਜੀ, ਉਹ ਸਾਹਮਣੇ ਤੁਸੀਂ ਜਿਹੜਾ ਬਾਬਾ ਅਜਾਪਾਲ ਸਿੰਘ ਜੀ ਕਹਿੰਦੇ ਵੀ ਸਰੰਦੇ ਨਾਲ ਕੀਰਤਨ ਕਰਦੇ ਸੀ ਅਤੇ ਜਿਹੜੀ ਪਰਾਤ ਚਾਟਾ ਗੁੰਨਦੇ ਸੀ, ਹਾਂਜੀ ਬਿਲਕੁਲ, ਉਹ ਉੱਥੇ ਪਏ ਨੇ ਜੀ, ਉਹ ਆਪ ਜੀ ਦਰਸ਼ਨ ਕਰਦਾ ਜਿੱਥੇ ਸ਼ਸਤਰ ਪਏ ਨੇ ਉੱਥੇ ਨਾਲ ਨਾਲ ਸ਼ਾਸਤਰ ਵੀ ਹੈ ਜੀ, ਬਾਣੀ ਅਤੇ ਬਾਣਾ ਇਕੱਠਿਆ। ਬਾਣੀ ਤੇ ਬਾਣਾ ਪਹਿਲਾਂ ਆਸਾ ਜੀ ਦੀ ਵਾਰ ਦਾ ਕੀਰਤਨ ਵੀ ਕਰਦੇ ਨੇ, ਫਿਰ ਬਾਅਦ ਸ਼ਸਤਰ ਵਿੱਦਿਆ ਦਾ ਅਭਿਆਸ, ਘੋੜ ਸਵਾਰੀ ਮਹਾਂਪੁਰਖੋ ਵੀ ਕਰਵਾਏ ਕਰਦੇ। ਬਾਣੀ ਅਤੇ ਬਾਣਾ, ਰਬਾਬ ਅਤੇ ਨਗਾਰਾ, ਸ਼ਸਤਰ ਦੇ ਸ਼ਾਸਤਰ, ਇੱਥੇ ਨਗਾਰੇ ਵੀ ਨੇ ਅਤੇ ਸਰੰਦਾ ਵੀ ਹੈ, ਦੋਵੇਂ ਚੀਜ਼ਾਂ ਇਕੱਠੀਆਂ। ਬਿਲਕੁਲ, ਇੱਥੇ ਨਗਾਰੇ ਵੀ ਨੇ ਔਰ ਇੱਥੇ ਸਰੰਦਾ ਵੀ ਹੈ। ਬਿਲਕੁਲ, ਮੀਰੀ ਅਤੇ ਪੀਰੀ ਦਾ ਸਿਧਾਂਤ ਹੈ ਉਹ ਇੱਥੇ ਦਿੱਤਾ ਗਿਆ ਜੀ। ਧਾਨਾ ਜੀ ਇੱਥੇ ਡੇਰਾ ਬਾਬਾ ਅਜਾਪਾਲ ਸਿੰਘ ਜੀ ਦੇ ਜਿਹੜੇ ਆਪਾਂ ਸ਼ਸਤਰਾਂ ਦੇ ਦਰਸ਼ਨ ਕਰ ਰਹੇ ਹਾਂ। ਬੇ ਕਸਾ ਰਾ ਯਾਰ ਗੁਰ ਗੋਬਿੰਦ ਸਿੰਘ, ਸਤਿਸੰਗ ਜੀ ਉੱਪਰ ਆਪ ਜੀ ਦੇਖ ਸਕਦੇ ਹੋ ਕਿ ਬੇਅੰਤੀ ਢਾਲਾਂ ਪਈਆਂ ਨੇ ਜੀ। ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਇੰਨੇ ਸ਼ਸਤਰ ਪੰਜਾਬ ਦੀ ਧਰਤੀ 'ਤੇ ਹੋਰ ਕਿਤੇ ਨਹੀਂ, ਕਿ ਪਿਛਲੇ ਪਾਸੇ ਵੀ ਢਾਲਾਂ ਪਈਆਂ ਨੇ ਜਿਹਨਾਂ ਨੂੰ ਰੱਖਣ ਦੀ ਜਗ੍ਹਾ ਵੀ ਨਹੀਂ ਹੈ ਜੀ। ਵੀ ਮਹਾਰਾਜ ਨੇ ਕਿੰਨਾ ਪਿਆਰ ਕੀਤਾ ਹੋਵੇਗਾ ਬਾਬਾ ਅਜਾਪਾਲ ਸਿੰਘ ਜੀ ਨਾਲ, ਕਿ ਉਹਨਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਇਹ ਸ਼ਸਤਰ ਪ੍ਰਦਾਨ ਕੀਤੇ। ਜਿਹੜੀਆਂ ਇਹ ਢਾਲਾਂ ਨੇ ਇਹ ਖੱਲ ਦੀਆਂ ਢਾਲਾਂ ਨੇ, ਕੋਈ ਗੈਂਡੇ ਦੇ ਖੱਲ ਦੀ ਹੈ, ਕੋਈ ਕੂੰਟ ਦੇ ਖੱਲ ਦੀ ਢਾਲ ਹੈ, ਜਿਹੜੀਆਂ ਉਹ ਦੋ ਢਾਲਾਂ ਉਹ ਸਰਬਲ ਦੀਆਂ ਢਾਲਾਂ ਨੇ ਜੀ, ਬਾਕੀ ਸਾਰੀਆਂ ਖੱਲ ਦੀਆਂ ਚਿਮੜੇ ਦੀਆਂ ਢਾਲਾਂ ਨੇ। ਉਸ ਵੇਲੇ ਦੀ ਜਿਹੜੀ ਗੋਲੀ ਹੈ ਉਹ ਇਹਨਾਂ ਢਾਲਾਂ ਦੇ ਵਿੱਚੋਂ ਨਹੀਂ ਸੀ ਲੰਘ ਸਕਦੀ ਜੀ। ਉੱਧਰ ਮਹਾਂਪੁਰਖਾਂ ਦਾ ਚੋਲਾ ਪਿਆ ਜਿਹਦੇ ਉੱਤੇ ਦਾਗ ਲੱਗੇ ਹੋਏ ਨੇ ਲੰਗਰਾਂ ਦੇ ਜਾਂ ਲਹੂ ਦੇ ਆਦਿ,
ਉਹ ਮਹਾਂਪੁਰਖਾਂ ਦਾ ਚੋਲਾ ਹੈ ਜੀ, ਜਪਾਲ ਸਿੰਘ ਜੀ ਦਾ ਚੋਲਾ। ਹਾਂਜੀ ਜੀ, ਅਤੇ ਉਹਨਾਂ ਦੀਆਂ ਬਰਛੀਆਂ ਨੇ ਜੀ ਕਰ ਕਮਲਾਂ ਦੀਆਂ। ਹਾਂਜੀ, ਅਤੇ ਸਭ ਤੋਂ ਇੱਕ ਹੋਰ ਇੱਥੇ ਪਾਵਨ ਸਥਾਨ 'ਤੇ ਨਾਯਾਬ ਗੱਲ ਹੈ ਕਿ ਇੱਥੇ ਮਹਾਂਪੁਰਖਾਂ ਦਾ ਜੋ ਇਹ ਚੋਲ ਜਿਹੜਾ ਇੱਕ ਸ਼ਹਿਰ ਹੈ ਜੀ, ਅੱਛਾ, ਇੰਨਾ ਵੱਡਾ ਇੱਕ ਸ਼ਹਿਰ ਆ ਕਿ ਇਹ ਇੰਨਾ ਵੱਡਾ ਹੈ ਕਿ 10 ਬੰਦੇ ਇੱਕ ਲਾਈਨ ਦੇ ਵਿੱਚ ਖੜ੍ਹੇ ਹੋ ਕੇ ਖੋਲ੍ਹਣ ਤਾਂ ਇੱਕ ਸ਼ਹਿਰਾ ਖੁੱਲ੍ਹਦਾ। ਆਪ ਜੀ ਆ ਮੂਹਰੀ ਵੇਖ ਹੀ ਸਕਦੇ ਹੋ ਕਿ ਕਿਤਨੀ ਵੱਡੀ ਹੈ। ਸੋ ਇਹ ਜਿਹੜਾ ਇੱਕ ਸ਼ਹਿਰ ਹੈ ਪ੍ਰਤੱਖ ਪ੍ਰਮਾਣ ਹੈ ਖਿਦਰਾਣੇ ਦੀ ਢਾਬ ਦੇ ਉੱਪਰ ਵਾਪਰੇ ਇਤਿਹਾਸ ਦਾ। ਜੀ ਬਿਲਕੁਲ, ਹਾਂਜੀ, ਜਦੋਂ ਆਪਾਂ ਖਿਦਰਾਣੇ ਢਾਬ ਦਾ ਇਤਿਹਾਸ ਸੁਣਦੇ ਹਾਂ ਅਤੇ ਜਦੋਂ ਮੁਗਲਾਂ ਦੀ ਤੁਰਕਾਂ ਦੀ ਫੌਜ ਆਈ ਉਸ ਵੇਲੇ ਸਿੰਘਾਂ ਦੀ ਗਿਣਤੀ ਥੋੜ੍ਹੀ ਸੀ, ਉਹਨਾਂ ਨੇ ਆਪਣੇ ਕਛਹਿਰੇ ਆਪਣੇ ਚਾਦਰੇ ਉਹ ਝਾੜੀਆਂ ਦੇ ਉੱਪਰ ਪਾ ਦਿੱਤੇ। ਤੁਰਕਾਂ ਦੀ ਫੌਜ ਨੂੰ ਲੱਗਿਆ ਵੀ ਇੱਥੇ ਤਾਂ ਤੰਬੂ ਲੱਗੇ ਹੋਏ ਨੇ। ਸੋ ਇਹ ਗੱਲ ਥੋੜ੍ਹੀ ਜਿਹੀ ਹਜਮ ਨਹੀਂ ਹੁੰਦੀ ਵੀ ਕਛਹਿਰੇ ਇੰਨੇ ਵੱਡੇ ਕਿੱਦਾਂ ਹੁੰਦੇ ਰਾਜ ਪ੍ਰਤਾਪ। ਪਰ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਵਾਕਈ ਧੰਨ ਬਾਬਾ ਜਪਾਲ ਸਿੰਘ ਦੇ ਕਛਹਿਰੇ ਇਤਨੇ ਵੱਡੇ ਹੈ ਨਾ, ਵੀ ਜਿਹਨਾਂ ਨੂੰ ਖੋਲ੍ਹਣ ਦੇ ਵਿੱਚ ਵੀ ਬੜਾ 10 ਸਿੰਘਾਂ ਦੀ ਲੋੜ ਪੈਂਦੀ ਹੈ। ਸੋ ਇਹ ਪ੍ਰਤੱਖ ਪ੍ਰਮਾਣ ਹੈ ਵਾਕਈ ਉਸ ਵੇਲੇ ਜਿਹੜੇ ਸਿੰਘਾਂ ਨੇ ਕਛਹਿਰੇ ਕਿੰਨੇ ਕਿੰਨੇ ਵੱਡੇ ਹੋਣਗੇ। ਸੋ ਇੱਥੇ ਕਛਹਿਰੇ ਮਹਾਂਪੁਰਖਾਂ ਦੇ ਉਹ ਵੀ ਸਾਂਭ ਕੇ ਰੱਖੇ ਹੋਏ ਨੇ ਜੀ। ਸੋ ਇਸ ਪ੍ਰਕਾਰ ਇੱਥੇ ਬਿਆਨ 'ਤੇ ਜਿਹੜੀਆਂ ਖੁਸ਼ੀਆਂ ਉਹ ਵਰਤਦੀਆਂ ਨੇ ਆਪ ਸਰਬੱਤ ਸੰਗਤਾਂ ਨੇ ਸ਼ਸਤਰਾਂ ਦੇ ਦਰਸ਼ਨ ਇਸ ਵੀਡੀਓ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕੀਤੇ ਨੇ ਜੀ। ਸੋ ਆਪ ਸਰਬੱਤ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ। ਆਓ ਇਸ ਅਸਥਾਨ 'ਤੇ ਦਰਸ਼ਨ ਕਰੋ ਅਤੇ ਮਹਾਂਪੁਰਖ ਗੁਰੂ ਘਰ ਦੇ ਨਗਾਰ ਜੀ ਸਿੰਘ ਧੰਨ ਬਾਬਾ ਜਪਾਲ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸੋ ਦਰਸ਼ਨ ਕੀਤੇ ਆਪ ਜੀ ਨੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ, ਜਿਹਨੂੰ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ। ਸੋ ਬਹੁਤ ਵਿਸਥਾਰ ਸਹਿਤ ਇੱਕ ਤਾਂ ਆਪ ਜੀ ਨੂੰ ਇਸ ਅਸਥਾਨ ਦਾ ਇਤਿਹਾਸ, ਇੱਥੋਂ ਦੇ ਜਿਹੜੇ ਕਥਾਵਾਚਕ ਨੇ ਡਾਕਟਰ ਭਾਈ ਮਨਿੰਦਰ ਸਿੰਘ ਜੀ ਔਰ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਭਾਈ ਸਾਹਿਬ ਜੀ ਦਾ ਨਾਮ ਕੀ ਹੈ ਜੀ? ਹਰਜਿੰਦਰ ਸਿੰਘ ਜੀ ਭਾਈ ਹਰਜਿੰਦਰ ਸਿੰਘ ਮੱਲੇਵਾਲ ਜੀ। ਸੋ ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਨੇ, ਮੱਲੇਵਾਲ ਪਿੰਡ ਵੀ ਬੜਾ ਮਸ਼ਹੂਰ ਰਿਹਾ ਜੀ ਖਾਨਪੁਰਵਾਲ ਦੇ ਦੌਰਾਨ, ਬਾਬਾ ਦਰਸ਼ਨ ਸਿੰਘ ਮੱਲੇਵਾਲ ਔਰ ਇੱਥੋਂ ਦੇ ਬੜੇ ਇਹਨਾਂ ਦੇ ਉਸਤਾਦ ਨੇ ਜੀ, ਅੱਛਾ ਇਹਨਾਂ ਦੇ ਉਸਤਾਦ ਨੇ ਬਾਬਾ ਦਰਸ਼ਨ ਸਿੰਘ ਮੱਲੇਵਾਲ ਜੀ, ਇਬਰਾਹਿਮ ਕੈਨੇਡਾ ਜਿੰਦੇ ਨੇ ਜੀ, ਬਹੁਤ ਵੱਡੀ ਚੜ੍ਹਦੀ ਕਲਾ ਵਾਲਾ ਜੀ ਬਾਬਾ ਜੀ। ਸੋ ਇਹ ਡਾਕਟਰ ਮਨਿੰਦਰ ਸਿੰਘ ਜੀ, ਇਹਨਾਂ ਨੇ ਫਿਰ ਆਪਣੇ ਦਸਵਾਂ ਵੀ PhD ਕੀਤੀ ਹੈ ਨਿਹੰਗ ਸਿੰਘਾਂ ਦੇ ਉੱਪਰ। ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਸਾਰੇ ਦਰਸ਼ਨ ਆਪ ਜੀ ਨੂੰ ਕਰਵਾਏ, ਸ਼ਸਤਰਾਂ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ